CNW ਚੈਨਲ ਲੁਧਿਆਣਾ ਸਿਟੀ ਲਾਈਵ ਅਤੇ ਬਿਜ਼ਨਸ ਇੰਡੀਆ ਟੀ ਵੀ ਦੇਖ ਰਹੇ ਸਾਰੇ ਸੋ ਤਿਆਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਲੰਧਰ ਆਏ ਹੋਏ ਹਾਂ ਅਸੀਂ ਆਪਣਾ ਮਸ਼ੀਨਐਕਸ 2024 ਐਕਸਪੋ ਲੱਗਿਆ ਹੋਇਆ, ਜਿਹੜੀ ਕਿ ਮਸ਼ੀਨਰੀ ਮਸ਼ੀਨ ਟੂਲਸ ਟੈਕਨੋਲੋਜੀ ਦਾ ਇਹ ਐਕਸਪੋ ਹੈ। ਜੁੜੇ ਰਹੋ ਸਾਡੇ ਚੈਨਲ ਨਾਲ, ਦੇਖੋ ਐਕਸਪੋ ਦੀ ਝਲਕੀਆਂ। CNW ਚੈਨਲ ਲੁਧਿਆਣਾ ਸਿਟੀ ਲਾਈਵ ਅਤੇ ਬਿਜ਼ਨਸ ਇੰਡੀਆ ਟੀ CNW ਚੈਨਲ ਤੋਂ ਮੈਂ ਤੁਹਾਡੀ ਰਮਨ, ਅੱਜ ਦੀ ਬ੍ਰੇਕਿੰਗ ਨਿਊਜ਼। CNW ਚੈਨਲ ਲੁਧਿਆਣਾ ਸਿਟੀ ਲਾਈਵ ਅਤੇ ਬਿਜ਼ਨਸ ਇੰਡੀਆ ਟੀ ਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਲੰਧਰ ਆਇਆ ਅਤੇ ਇੱਥੇ ਜਿਹੜੇ ਐਕਸਪੋ ਦੇ ਵਿੱਚ ਆਪਾਂ ਸ਼ਾਮ ਪਲਾਸਟਿਕ ਇੰਡਸਟਰੀ ਵਾਲਿਆਂ ਨਾਲ ਗੱਲ ਕਰਾਂਗੇ। ਹਾਂਜੀ ਮੈਮ, ਕੀ ਕੰਪਨੀ ਪ੍ਰੋਫਾਈਲ ਆ? ਮੈਮ ਸਾਡੀ ਇੱਥੇ ਸ਼ਾਮ ਪਲਾਸਟਿਕ ਇੰਡਸਟਰੀ ਲੁਧਿਆਣਾ ਪੰਜਾਬ ਤੋਂ ਬੋਲ ਰਹੀ ਹਾਂ। ਸਾਡੀ ਸਾਰੀ ਸੀਲਿੰਗ ਔਰ ਪੈਕੇਜਿੰਗ ਮਸ਼ੀਨਸ ਹੁੰਦੀਆਂ ਸਾਡੇ ਕੋਲ, ਹਰ ਤਰ੍ਹਾਂ ਦਾ ਪੈਕੇਜਿੰਗ ਕੰਸੈਪਟ ਹੈਗਾ ਹੈ, ਲੈ ਕੇ ਆਏ ਹਾਂ ਅਸੀਂ, ਤੁਹਾਨੂੰ ਮੈਂ ਦਿਖਾਵਾਂਗੀ। ਜਲੰਧਰ ਅਸੀਂ ਮਸ਼ੀਨ ਉੱਤੇ ਆਏ ਹਾਂ ਔਰ ਮੈਡਮ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਮੈਮ, ਬਹੁਤ ਬਹੁਤ ਵਧਾਈਆਂ, ਬਹੁਤ ਕਸਟਮਰ ਰਿਹਾ ਤੁਹਾਡਾ। ਥੈਂਕ ਯੂ, ਤੁਹਾਨੂੰ ਸਾਰਿਆਂ ਦੇ ਪਿਆਰ ਨਹੀਂ ਅਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਸਾਡੀ ਨਾ ਐਗਜੀਬਿਸ਼ਨ ਲੱਗੀ ਹੋਈ ਹੈ ਮਸ਼ੀਨ ਐਕਸਪੋ, ਜੋ ਕਿ 2-4 ਫਰਵਰੀ ਦੀ ਹੈ ਅਤੇ ਅੱਜ ਐਗਜੀਬਿਸ਼ਨ ਦਾ ਸੈਕਿੰਡ ਡੇ ਸੀ, ਕੱਲ੍ਹ ਲਾਸਟ ਡੇ ਹੈ, ਅਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਜਲੰਧਰ ਤੋਂ ਅਤੇ ਕਿ ਪਲੀਜ਼ ਵਿਜ਼ਿਟ ਕਰਨ ਐਗਜੀਬਿਸ਼ਨ 'ਚ ਆ ਕੇ ਦੇਖਣ। ਸਾਡੇ ਕੋਲ ਬਹੁਤ ਅੱਛੀ ਕੰਪਨੀਜ਼ ਹੈ ਜਿਹੜੀ ਪਾਰਟੀਸਪੇਟ ਕਰ ਰਹੀ ਹੈ, ਸਾਡੇ ਕੋਲ ਏਸ ਮਾਈਕਰੋਮੈਟਿਕ ਗਰੁੱਪ ਪਾਰਟੀਸਪੇਟ ਕਰ ਰਿਹਾ, ਸਾਡੇ ਕੋਲ ਕ੍ਰਿਸ਼ਨਾ ਅਮੈਰੀਕਨ ਔਇਲ ਹੈ ਜਿਹੜੀ ਕਿ ਡਿਫਰੈਂਟ ਟਾਈਪਸ ਆਫ ਮਤਲਬ ਚੀਜ਼ਾਂ ਦੇ ਉਹ ਪਾਵਰ ਟੂਲਸ ਨੂੰ ਅਸੀਂ ਕਹਿ ਸਕਦੇ ਹਾਂ, ਡਿਫਰੈਂਟ ਟੂਲਸ ਦੇ ਨਾ ਡੀਲਰਸ ਵੀ ਨੇ ਅਤੇ ਸਰਵਿਸ ਪ੍ਰੋਵਾਈਡਰ ਵੀ ਨੇ, ਅਤੇ ਸਾਡੇ ਕੋਲ ਫਿਊਜ਼ੀ ਦੇ ਆਏ ਹੋਏ ਹੈ ਆਪਣੇ ਇੱਥੇ ਲੁਧਿਆਣਾ ਤੋਂ, ਫਿਊਜ਼ੀ ਅਤੇ ਵਿੱਚ ਦਾ ਦੇਖਦੇ SS ਇੰਜੀਨੀਅਰਿੰਗ ਵਾਲੇ ਵੀ ਆਏ ਹੋਏ ਦੀਪਕ ਜੀ, ਸਾਡੇ ਕੋਲ ਬਹੁਤ ਇਨੋਵੇਟਿਵ ਸਟੋਲਸ ਲੱਗੇ ਹੋਏ ਆ। ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਕਿ ਪਲੀਜ਼ ਐਗਜੀਬਿਸ਼ਨ 'ਚ ਆਓ ਅਤੇ ਵੱਧ ਚੜ੍ਹ ਕੇ ਜਿੰਨਾ ਤੁਸੀਂ ਇੱਥੇ ਬੈਨੀਫਿਟ ਲੈ ਸਕਦੇ ਹੋ ਉਹਨਾਂ ਬੈਨੀਫਿਟ ਲਓ। ਕਿੰਨੀਆਂ ਸਟਾਲਾਂ ਲੱਗੀਆਂ ਹੋਈਆਂ ਆਪਣੇ? ਸਾਡੇ ਕੋਲ ਇੱਥੇ 250+ ਐਗਜੀਬਿਟਰਸ ਹੈ ਜਿਹੜੇ ਕਿ ਜਿਹਨਾਂ ਨੇ ਸਟੋਲ ਲਗਾਇਆ ਅਕਰੋਸ ਇੰਡੀਆ, ਸਿਰਫ ਸਾਡੇ ਕੋਲ ਲੁਧਿਆਣਾ ਜਾਂ ਜਲੰਧਰ ਤੋਂ ਪਾਰਟੀਸਪੈਂਟਸ ਨਹੀਂ ਹੈ, ਸਾਡੇ ਕੋਲ ਕਈ ਪਾਰਟੀਸਪੈਂਟਸ ਇੱਦਾਂ ਦੇ ਜਿਹੜੇ ਅਹਿਮਦਾਬਾਦ ਤੋਂ ਆਏ, ਕਈ ਮੁੰਬਈ ਤੋਂ ਆਏ, ਕਈ ਦਿੱਲੀ ਤੋਂ ਆਏ, ਅਤੇ ਡਿਫਰੈਂਟ ਪਾਰਟਸ ਤੋਂ ਸਾਡੇ ਕੋਲ ਐਗਜੀਬਿਸ਼ਨ 'ਤੇ ਪਾਰਟੀਸਪੇਟ ਕਰਨ ਲਈ ਐਗਜੀਬਿਟਰਸ ਆਏ ਹਨ। ਮਸ਼ੀਨਾਂ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ? ਸਰ ਮਸ਼ੀਨਾਂ ਤੋਂ ਇਲਾਵਾ ਹੈਂਡ ਟੂਲਸ ਹੈ, ਪਾਵਰ ਟੂਲਸ ਹੈ, ਕਟਿੰਗ ਟੂਲਸ ਹੈ, ਔਰ ਉਸ ਤੋਂ ਬਾਅਦ ਡਰਾਈਵਸ ਹੈ ਅਤੇ ਪੈਕੇਜਿੰਗ ਸੋਲੂਸ਼ਨਸ ਹੈ, ਮਤਲਬ ਇੱਦਾਂ ਦੇ ਸਾਰੇ, ਮਤਲਬ ਐਨੀਥਿੰਗ ਰੈਲੀਵੈਂਟ ਟੂ ਇੰਡਸਟਰੀ ਐਗਜੀਬਿਸ਼ਨ ਸਾਡੀ ਹੈ ਉਹ, ਅਤੇ ਐਵਰੀਥਿੰਗ ਰੈਲੀਵੈਂਟ ਟੂ ਇੰਡਸਟਰੀ ਸਾਡੇ ਕੋਲ ਐਗਜੀਬਿਟਰਸ ਪਾਰਟੀਸਪੇਟ ਕਰਦੇ ਹਨ। ਥੈਂਕ ਯੂ ਮੈਮ। ਠੀਕ ਹੈ ਜੀ, ਥੈਂਕ ਯੂ ਤੁਹਾਡੇ ਸਾਰਿਆਂ ਦੇ ਪਿਆਰ ਲਈ, ਬਹੁਤ ਬਹੁਤ ਸ਼ੁਕਰਾਨਾ ਤੁਹਾਡੇ ਸਾਰਿਆਂ ਦਾ। ਥੈਂਕ ਯੂ। ਸਤਿ ਸ਼੍ਰੀ ਅਕਾਲ। ਮਸ਼ੀਨਐਕਸ ਆਏ ਹੋਏ ਆ ਜਲੰਧਰ, ਉੱਥੇ ਜਿਹੜੀ ਆਪਣਾ ਸਾਰਾ ਉਹਨਾਂ ਦੀ ਸਟਾਲ ਹੈਗੀ ਆ, ਕੁਸ਼ਨ ਬਿਜ਼ਨਸ ਸੋਲਿਊਸ਼ਨ ਦੇ ਨਾਂ 'ਤੇ ਸਟਾਲ ਆ। ਆਓ ਵੀ ਜੀ ਉਹਨਾਂ ਨਾਲ ਗੱਲ ਬਾਤ ਕਰਦੇ ਹਾਂ। ਸਰ ਕੀ ਕੰਪਨੀ ਪ੍ਰੋਫਾਈਲ ਆ, ਕਦੋਂ ਤੋਂ ਕੰਪਨੀ ਬਣੀ ਆ, ਕੀ ਕੀ ਪ੍ਰੋਡਕਟ? ਸਰ ਸਾਡੀ ਕੰਪਨੀ ਦਾ ਨਾਂ ਕੁਸੁਮ ਬਿਜ਼ਨਸ ਸੋਲਿਊਸ਼ਨਸ ਪ੍ਰਾਈਵੇਟ ਲਿਮਿਟਿਡ ਹੈ। ਇਹ 1987 ਤੋਂ ਸਾਡੀ ਇਹ ਫਰਮ ਚੱਲਦੀ ਆ ਰਹੀ ਹੈ। ਸਾਡੇ ਕੋਲ ਅਰਾਊਂਡ ਅਬਾਊਟ ਕੋਈ 9 ਡਿਫਰੈਂਟ ਕੰਪਨੀਜ਼ ਹੈਗੀਆਂ ਜਿਨ੍ਹਾਂ ਦੀ ਸਾਡੇ ਕੋਲ ਡਿਸਟ੍ਰੀਬਿਊਟਰਸ਼ਿਪ ਹੈਗੀ ਹੈ। ਉਹਨਾਂ 'ਚੋਂ ਸਿਗਨੋਡ ਇੱਕ US ਮਲਟੀਨੈਸ਼ਨਲ ਕੰਪਨੀ ਹੈ ਜਿਨ੍ਹਾਂ ਅਸੀਂ ਸਭ ਤੋਂ ਜ਼ਿਆਦਾ ਪਹਿਲਾਂ ਐਸੋਸੀਏਟ ਹੋਏ ਸੀ। ਸਾਡੇ ਕੋਲ ਸਾਰੀ ਪੈਕੇਜਿੰਗ ਮਸ਼ੀਨਸ, ਮਟੀਰੀਅਲ ਹੈਂਡਲਿੰਗ, ਫਲੋਰ ਕਲੀਨਿੰਗ, ਅਡੈਸਿਵਸ, ਸੀਲੈਂਸ, ਸਾਡੇ ਕੋਲ ਹੋਰ ਡਿਫਰੈਂਟ ਮਲਟੀਪਲ ਪੈਕੇਜਿੰਗ ਪ੍ਰੋਡਕਟਸ ਹੈਗੇ ਹੈ। ਅਤੇ ਸਾਡਾ ਇਹ ਹਾਲ ਏ ਸਟਾਲ 1 ਹੈਗਾ, ਅਤੇ ਬਾਕੀ ਤੁਹਾਨੂੰ ਮੇਰੇ ਬ੍ਰਦਰ ਅਭਿਸ਼ੇਕ ਜੀ ਦੱਸਣਗੇ ਇਹਦੇ ਬਾਰੇ ਬੇਸਿਕ ਜ਼ਿਆਦਾ। ਸਰ ਡਿਸਪਲੇ 'ਤੇ ਕੀ ਲਾਇਆ ਹੋਇਆ ਆਪਾਂ? ਡਿਸਪਲੇ 'ਤੇ ਡੈਮੋ ਨਾਲ ਨਾਲ ਦੇਈਏ। ਹਾਂਜੀ ਹਾਂਜੀ ਹਾਂਜੀ, ਆ ਜੀ ਜੀ, ਤੁਸੀਂ ਉਧਰੋਂ ਆਓ, ਮੈਂ ਦੱਸਦਾ ਤੁਹਾਨੂੰ ਇਹ ਮਸ਼ੀਨ ਹੈਗੀ ਹੈ, ਪਲੀਜ਼। ਸੋ ਆਪਾਂ ਗੱਲਬਾਤ ਕਰਦੇ ਹਾਂ ਕੁਸੁਮ ਵਾਲਿਆਂ ਨਾਲ।
ਆਫਲਾਈਨ ਆਟੋਮੈਟਿਕ ਸਟ੍ਰੈਪਿੰਗ ਮਸ਼ੀਨ ਹੈ ਜੀ ਜੀ। ਇਹ ਕਾਟਨ ਨੂੰ ਪੈਕ ਕਰਨ ਲਈ ਇਹ ਸਟ੍ਰੈਪ ਲੱਗਦਾ, ਪੱਤੀ ਲੱਗਦੀ ਹੈ ਕਾਟਨ 'ਤੇ, ਥਰੂ ਦਿਸ ਮਸ਼ੀਨ ਹੈ, ਆਟੋਮੈਟਿਕ ਮਸ਼ੀਨ ਹੈ, ਐਟ ਦਾ ਪ੍ਰੈਸ ਆਫ ਅ ਬਟਨ ਇੱਥੇ ਸਟ੍ਰੈਪ ਲੱਗ ਜਾਂਦਾ ਹੈ, ਅਤੇ ਤੁਸੀਂ ਉਹਨੇ ਵਿਟਨੈਸ ਕਰੋਗੇ ਕਿੰਨਾ ਫਾਸਟ ਹੈਗਾ। ਜਿਸ ਹਿਸਾਬ ਨਾਲ ਤੁਸੀਂ ਕਾਟਨ ਨੂੰ ਲਾਉਣਾ ਸਟ੍ਰੈਪ, ਉਸ ਹਿਸਾਬ ਨਾਲ ਲਾ ਸਕਦੇ ਹੋ, ਜਸਟ ਇੱਕ ਬਟਨ ਪ੍ਰੈਸ ਕਰਨਾ ਐਂਡ ਇਟ ਇਜ਼ ਫੁੱਲੀ ਆਟੋਮੈਟਿਕ ਹੈ। ਫੁੱਲੀ ਆਟੋਮੈਟਿਕ ਆਫਲਾਈਨ ਹੈ, ਫੁੱਲੀ ਆਟੋਮੈਟਿਕ ਹੈ। ਇਹ ਜੇ ਤੁਹਾਡੇ ਦਿਨ ਦੀ ਪ੍ਰੋਡਕਸ਼ਨ 200 ਕਾਟਨ ਤੋਂ ਉੱਤੇ ਹੈ ਅਤੇ ਫਿਰ ਇਸ ਮਸ਼ੀਨ ਨੂੰ ਆਪਾਂ ਰਿਕਮੈਂਡ ਕਰਦੇ ਹਾਂ। ਜੇ ਤੁਹਾਡੇ ਦਿਨ ਦੀ ਪ੍ਰੋਡਕਸ਼ਨ 200 ਕਾਟਨ ਤੋਂ ਥੱਲੇ ਹੈ ਫਿਰ ਸਾਡੇ ਕੋਲ ਸੈਮੀ ਆਟੋ, ਉਹ ਵੀ ਆਪਾਂ ਸੈਮੀ ਆਟੋ ਵੀ ਇਹਨਾਂ ਦੀ ਮਸ਼ੀਨ ਦੇਖਦੇ ਹਾਂ, ਸੈਮੀ ਆਟੋਮੈਟਿਕ ਜਿਹੜੀ ਮਸ਼ੀਨ ਇਹਨਾਂ ਨੇ ਬਣਾਈ ਹੋਈ ਆ ਜਾਂ ਇਹ ਟ੍ਰੇਡਿੰਗ ਕਰਦੇ ਆ ਉਹਨਾਂ ਬਾਰੇ ਗੱਲ ਕਰ। ਸਰ ਇਹ ਕਿਸ ਕੰਪਨੀ ਦੀ ਮਸ਼ੀਨ ਹੈਗੀ ਹੈ? ਇਹ ਸਿਗਨੋਡ ਦੀ ਮਸ਼ੀਨ ਹੈਗੀ ਹੈ, ਸਿਗਨੋਡ US ਮਲਟੀਨੈਸ਼ਨਲ ਕੰਪਨੀ ਹੈ ਅਤੇ ਆਪਾਂ ਸਿਗਨੋਡ ਦੇ ਡਿਸਟ੍ਰੀਬਿਊਟਰ ਹੈਗੇ ਆ ਫੋਰ ਪੰਜਾਬ, ਹਿਮਾਚਲ ਪ੍ਰਦੇਸ਼ ਐਂਡ ਜੰਮੂ। ਸਰ ਇਹਦੀ ਫਿਰ ਤੁਸੀਂ ਗਰੰਟੀ ਵਾਰੰਟੀ ਵਗੈਰਾ ਕੀ ਦਿੰਦੇ? ਇਹਦੀ ਮਸ਼ੀਨ ਦੀ 6 ਮੰਥ ਦੀ ਸਟੈਂਡਰਡ ਵਾਰੰਟੀ ਆਉਂਦੀ ਹੈ ਅਤੇ ਆਪਾਂ ਅਡੀਸ਼ਨਲੀ AMC ਚਾਰਜ ਕਰਦੇ ਹਾਂ ਕਸਟਮਰ ਤੋਂ, ਜਿਹਦੇ ਆਪਾਂ ਸਾਲ ਦੇ ਵਿੱਚ 12 ਵਿਜ਼ਿਟਸ ਦਿੰਦੇ ਹਾਂ ਕਸਟਮਰ ਨੂੰ। ਕੋਈ ਵੀ ਇਸ਼ੂ ਹੋਵੇ, ਕਦੇ ਵੀ ਹੋਵੇ, ਫਰੀ ਆਫ ਕੋਸਟ ਕੰਪਨੀ ਦੇ ਜਾ ਕੇ ਸਾਡੇ ਇੰਜੀਨੀਅਰ ਸਰਵਿਸ ਕਰਦੇ ਆ ਮਸ਼ੀਨ। ਕਿਆ ਬਾਤ ਹੈ ਸਰ, ਇਹਦੇ ਵਿੱਚ ਆਪਣਾ ਕਿੰਨੀ ਕੁ ਪ੍ਰੋਡਕਸ਼ਨ ਹੋ ਜਾਂਦੀ ਹੈ ਦਿਨ ਦੀ? ਇਹ ਸਰ 200 ਕਾਟਨ ਤੋਂ ਘੱਟ ਜੇ ਤੁਹਾਡੇ ਹੈਗੇ ਆ ਫਿਰ ਉਹ ਮਸ਼ੀਨ ਇਹਦੇ ਵਿੱਚ ਤੁਹਾਨੂੰ ਮੈਨੂਅਲੀ ਸਟ੍ਰੈਪ ਇਨਸਰਟ ਕਰਨਾ ਪੈਂਦਾ ਮਸ਼ੀਨ ਦੇ ਵਿੱਚ ਅਤੇ ਉਹਨੂੰ ਇਹ ਪੱਤੀ ਨੂੰ ਲਾ ਦਿੰਦਾ, ਹੀਟ ਸੀਲ ਜੁਆਇੰਟ ਕਰ ਦਿੰਦਾ। ਅਤੇ ਉਹ ਜਿਹੜੀ ਆਟੋਮੈਟਿਕ ਆ ਉਹ ਕਿੰਨੇ ਕੁ ਦੀ ਆ ਅਤੇ ਇਹ ਕਿੰਨੇ ਕੁ ਦੀ ਆ? ਇਹ ਸਰ ਅਰਾਊਂਡ 68,000 ਦੀ ਆ, 68,000 ਪਲੱਸ GST, ਅਤੇ ਉਹ ਜਿਹੜੀ ਹੈਗੀ ਆ ਅਰਾਊਂਡ 2,45,000 ਪਲੱਸ GST ਦੀ। ਠੀਕ ਹੈ ਸਰ, ਆਪਾਂ ਅਗਲੀ ਮਸ਼ੀਨ ਬਾਰੇ ਗੱਲਬਾਤ ਕਰੀਏ। ਹਾਂਜੀ, ਕਿਹੜੀ ਕਿਹੜੀ ਜੀ? ਟੇਪਿੰਗ ਮਸ਼ੀਨ, ਕਾਟਨ ਟੇਪਿੰਗ ਮਸ਼ੀਨ। ਠੀਕ ਹੈ, ਕਾਟਨ ਉੱਤੇ ਥੱਲੇ ਟੇਪ ਲਾ ਕੇ। ਹਾਂਜੀ, ਆਪਾਂ ਡੈਮੋ ਵੀ ਦੇਖਾਂਗੇ ਸਰ, ਡੈਮੋ ਦਿਖਾ ਰਹੇ ਨੇ ਮਸ਼ੀਨ ਦਾ, ਜਿੱਥੇ ਕਿ ਕਾਟਨ ਨੂੰ ਆਪਣਾ ਹਾਂਜੀ ਆਟੋਮੈਟਿਕ ਟੇਪ ਲੱਗੂਗੀ ਜੀ, ਆਟੋਮੈਟਿਕ ਟੇਪ ਲੱਗੂਗੀ। ਇਹ ਅਸੀਂ ਕਾਟਨ ਨੂੰ ਇਹਦੇ ਅੰਦਰ ਪੁਸ਼ ਕਰਾਂਗੇ ਬਸ, ਉਸ ਤੋਂ ਬਾਅਦ ਉਹ ਆਪਣੇ ਆਪ ਟੌਪ ਅਤੇ ਬੋਟਮ ਦੇ ਉੱਤੇ ਟੇਪ ਲਾਏਗਾ ਅਤੇ ਤੁਹਾਨੂੰ ਇੱਥੇ ਇੱਕ ਡਿਸਪਲੇ ਬੈਚ ਕਾਊਂਟਰ ਵੀ ਹੈਗਾ ਅਤੇ ਵੀ ਕਿੰਨੇ ਨੰਬਰ ਆਫ ਕਾਟਨ ਤੁਹਾਡੇ ਪਰ ਡੇ ਪ੍ਰੋਡਕਸ਼ਨ ਲਈ ਉਹ ਹੋ ਰਹੇ ਹੈ। ਇਹ ਪਰ ਡੇ ਕਿੰਨੇ ਕੁ ਹੋ ਜਾਂਦੇ ਜੀ 8 ਘੰਟੇ 'ਚ, ਜੇ ਆਪਾਂ ਆਈਡੀਆ ਲਾਈਏ ਤਾਂ 8 ਘੰਟੇ 'ਚ ਕਿੰਨੇ ਕੁ ਕਾਟਨ ਹੋ ਜਾਂਦੇ ਜੀ? ਪੰਜਾਬ ਦੇ ਵਿੱਚ, ਹਿਮਾਚਲ ਦੇ ਵਿੱਚ, ਜੰਮੂ ਦੇ ਵਿੱਚ ਆਲਰੇਡੀ ਸਾਡੀ ਮਸ਼ੀਨਾਂ ਲੱਗੀ ਹੋਈ। ਸਰ ਜਿਹੜੀ ਇਹ ਸਿਗਨੋ ਕੰਪਨੀ ਆ, ਇਹ ਕਿੱਥੇ ਦੀ ਹੈਗੀ ਆ ਬੇਸਡ? ਇਹ US-based ਕੰਪਨੀ ਹੈਗੀ ਹੈ, United States। ਇਹ ਕਿੰਨਾ ਚਿਰ ਹੋ ਗਿਆ ਇਹਨਾਂ ਨਾਲ ਤੁਹਾਡੇ ਕੰਮ ਕਰ ਰਿਹਾ? 1987 ਤੋਂ ਜੀ। ਕਿਆ ਬਾਤ ਹੈ। ਹਾਂਜੀ, ਤੇ ਇਹ 3 ਮਸ਼ੀਨਾਂ ਜਾਂ ਹੋਰ ਵੀ ਦੂਜੀ ਨਾਲ? ਹੋਰ ਵੀ ਬੜੀ ਮਸ਼ੀਨਾਂ ਆਉਂਦੀਆਂ ਪਰ ਇਹ ਹੌਟ ਸੈਲਿੰਗ ਆਈਟਮਸ ਹੈਗੀ, ਹੌਟ ਸੈਲਿੰਗ। ਇਹ ਹਰ ਮੈਨੂਫੈਕਚਰਿੰਗ ਯੂਨਿਟ ਨੂੰ ਇਹ ਮਸ਼ੀਨਾਂ ਚਾਹੀਦੀਆਂ ਹੀ ਹੁੰਦੀਆਂ। ਤੁਸੀਂ ਆਪਣੀ ਕੰਪਨੀ ਬਾਰੇ ਦੱਸ ਦਿਓ, ਕਿਹੜੀਆਂ ਕਿਹੜੀਆਂ ਹੋਰ ਇਸ ਤੋਂ ਬਿਨਾਂ ਕਿਹੜੀਆਂ ਮਸ਼ੀਨਾਂ ਨਾਲ ਡੀਲ ਕਰਦੇ? ਇਹ ਸਾਡੀ ਹੈਗੀਆਂ ਜੀ, ਇਹ ਕਾਟਨ ਰੈਪਰ ਹੋ ਗਿਆ ਜੀ, ਫਿਰ ਸਾਡੇ ਕੋਲ ਸਰ ਜੀ ਇਹ ਪੈਲਟ ਸਟ੍ਰੈਚ ਰੈਪਰ ਹੋ ਗਿਆ, ਇੱਕ ਕੰਬਾਈਨ ਮਸ਼ੀਨ ਆਉਂਦੀ। ਹੁਣ ਤੁਸੀਂ ਮਸ਼ੀਨ ਵੱਖਰੀ ਵੱਖਰੀ ਦੇਖ ਰਹੇ ਹੋ, ਇੱਕ ਲਾਈਨ ਦੇ ਫੋਰਮ 'ਚ ਵੀ ਆਉਂਦੀ ਹੈ ਜਿੱਥੇ ਬੰਦੇ ਨੂੰ ਟੇਪਿੰਗ ਅਤੇ ਸਟ੍ਰੈਪਿੰਗ ਦੋਨੋਂ ਚਾਹੀਦੀ ਹੈ ਅਤੇ ਉਹਦੇ ਲਈ ਇਹ ਕੋਂਬੋ ਮਸ਼ੀਨ ਆਉਂਦੀ, ਟੇਪਿੰਗ ਸਟ੍ਰੈਪਿੰਗ ਕੋਂਬੋ ਮਸ਼ੀਨ। ਫਿਰ ਜਿੱਦਾਂ ਤੁਸੀਂ ਦੇਖਿਆ ਜੇ ਅਸੀਂ ਕਾਟਨ ਨੂੰ ਪੁਸ਼ ਕਰ ਰਹੇ ਹਾਂ, ਜੇ ਕਾਟਨ ਆਟੋਮੈਟਿਕਲੀ ਅੰਦਰ ਜਾਏ ਤਾਂ ਉਹਦਾ ਫਲੈਪ ਵੀ ਕਲੋਜ਼ ਹੋਏ ਤਾਂ ਉਹਦੇ ਲਈ ਡਿਫਰੈਂਟ ਆਟੋਮੈਟਿਕ ਫਲੈਪ ਕਲੋਜ਼ਰ ਮਸ਼ੀਨਸ ਹੈਗੀਆਂ। ਮਤਲਬ ਮਿਨੀਮਮ ਪੋਸੀਬਲ ਹਿਊਮਨ ਇੰਟਰਵੈਂਸ਼ਨ ਕਰਨੀ ਹੋਵੇ ਕਿ ਸਭ ਕੁਝ ਮਸ਼ੀਨ ਹੀ ਕਰੇ,
ਜਿੱਥੇ ਫੈਕਟਰੀ ਦੇ ਵਿੱਚ 20-25 ਬੰਦੇ ਚਾਹੀਦੇ ਹੁੰਦੇ ਆ, ਇਹਨਾਂ ਮਸ਼ੀਨਾਂ ਕਰਕੇ ਤੁਹਾਨੂੰ 5-6 ਬੰਦਿਆਂ ਨਾਲ ਵੀ ਤੁਹਾਡਾ ਕੰਮ ਹੋ ਸਕਦਾ, ਕੰਮ ਹੋ ਸਕਦਾ ਹੈ। ਇੱਕ ਨਾਲੇ ਸਮੂਥਲੀ ਹੋ ਜਾਣਾ ਕੰਮ, ਵਧੀਆ ਆ, ਫਿਨਿਸ਼ਿੰਗ ਆ ਜਾਣੀ ਆ, ਤੇ ਇੱਕ ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ। ਇਹਨਾਂ ਮਸ਼ੀਨਾਂ ਦੇ ਨਾਲ ਨਾਲ ਸਾਡੇ ਕੋਲ ਸਾਰੇ ਕੰਜ਼ੂਮੇਬਲਸ ਵੀ ਹੈਗੇ ਆ ਜੋ ਇਹਨਾਂ ਮਸ਼ੀਨਾਂ 'ਚ ਲੱਗਦੇ ਆ, ਜਿੱਦਾਂ ਤੁਸੀਂ ਪੀਪੀ ਸਟ੍ਰੈਪ ਦੇਖ ਰਹੇ ਹੋ, ਪੈਟ ਸਟ੍ਰੈਪ ਦੇਖ ਰਹੇ ਹੋ, ਸਟੀਲ ਸਟ੍ਰੈਪ ਦੇਖ ਰਹੇ ਹੋ, ਸਟ੍ਰੈਚ ਫਿਲਮ ਦੇਖ ਰਹੇ ਹੋ, ਟੇਪ ਦੇਖ ਰਹੇ ਹੋ, ਇਹ ਵੀ ਸਾਰਾ ਸਾਡੇ ਕੋਲ ਹੈਗਾ। ਇਹ ਤੋਂ ਬਾਅਦ ਸਾਡੀ ਪੈਕਿੰਗ ਮਟੀਰੀਅਲ, ਪੈਕਿੰਗ ਮਟੀਰੀਅਲ ਸਾਰਾ, ਮਟੀਰੀਅਲ ਪਲੱਸ ਮਸ਼ੀਨਰੀ ਦੋਵੇਂ ਸਾਡੇ ਕੋਲ ਚੀਜ਼ਾਂ ਹੈ। ਇਹ ਤੋਂ ਬਾਅਦ ਸਾਡੇ ਕੋਲ ਮਟੀਰੀਅਲ ਹੈਂਡਲਿੰਗ ਵੀ ਹੈਗੀ ਹੈ, ਉਹ ਆਓ ਤੁਹਾਨੂੰ ਉਹਦੇ ਬਾਰੇ ਵੀ ਆਪਾਂ ਗੱਲ ਬਾਤ ਕਰਦੇ ਹਾਂ। ਮਸ਼ੀਨ ਬਾਰੇ, ਮਟੀਰੀਅਲ ਹੈਂਡਲਿੰਗ ਮਸ਼ੀਨ ਜਿਹੜੀਆਂ ਨੇ ਜੀ ਸਰ, ਸਾਡੇ ਕੋਲ ਹਰ ਤਰ੍ਹਾਂ ਦੇ ਪੈਲਟਸ ਹੈਗੇ ਆ ਜੀ, ਜੀ ਕ੍ਰੇਟਸ ਹੈਗੇ ਆ ਜੀ, ਜੀ ਸਾਡੇ ਕੋਲ ਬਿਨਸ ਹੈਗੇ ਆ, ਡਸਟਬਿਨਸ ਹੈਗੇ ਆ, ਟ੍ਰੇਜ਼ ਹੈਗੀਆਂ ਹੈਗੀਆਂ, ਫਲੋਰ ਪੈਲਟਸ ਹੈਗੇ ਆ। ਇਹ ਫੁੱਟ ਬਾਏ ਫੁੱਟ ਦਾ ਪੈਲਟ ਹੈਗਾ, ਜਿੱਥੇ ਬੰਦੇ ਨੇ ਆਪਣਾ ਸਿਰਫ ਨੇਰੂ ਕਰਾ ਕੇ ਕੱਚਾ ਫਰਸ਼ ਰੱਖਿਆ, ਉਹਨੂੰ ਬੰਦੇ ਨੂੰ ਆਪਣਾ ਇੱਕ ਫਰਸ਼ ਚਾਹੀਦਾ ਫੈਕਟਰੀ ਲਈ ਰੈਡੀ, ਤਾਂ ਇਹ ਫੁੱਟ ਬਾਏ ਫੁੱਟ ਦਾ ਪੀਸ ਹੈਗਾ। ਇਹ ਐਂਟੀ ਸਟੈਟਿਕ ਹੈ, ਨਾਲੇ ਸੇਫ ਵੀ ਬਹੁਤ ਆ ਜੀ, ਸੇਫ ਐਂਟੀ ਸਕਿਡ ਹੈ, 15 ਟਨ ਦਾ ਭਾਰ ਲੈ ਲੈਂਦਾ ਅਪ ਟੂ 15, ਇਹਦੇ ਤੋਂ ਤੁਸੀਂ ਮਾਲ ਲਦਿਆ ਟਰੱਕ ਚੜਾ ਲਓ, ਇਹਨੂੰ ਕੁਛ ਨਹੀਂ ਹੋਣਾ ਜੀ ਜੀ ਜੀ। ਇਹ ਆ ਜਾਨੀ ਲੋਡਿੰਗ ਲਈ ਹੈ ਨਾ, ਇਹ ਹੈਂਡ ਪੈਲਟਸ ਹੈਗੇ, ਹੈਂਡ ਪੈਲਟਸ ਜੀ ਜੀ ਜੀ। ਇਹ 3 ਟਨ ਦਾ ਇਹ ਵਾਲਾ ਪਾਰਟਿਕੂਲਰ ਮਾਡਲ 3 ਟਨ ਦਾ ਭਾਰ ਚੱਕ ਲੈਂਦਾ, ਇੱਕ ਵਾਰੀ 3 ਟਨ ਮਾਲ ਭਾਰ ਚੱਕ ਲੈਂਦਾ। ਇਹ ਤੋਂ ਬਾਅਦ ਐਡਰੈਸਿਵ ਤੇ ਸੀਲੈਂਟ ਹੈਗੇ, ਉਹ ਸਾਡਾ ਅਗਲਾ ਕਾਊਂਟਰ। ਇੱਕ ਮਿੰਟ ਉਰੇ ਵੀ ਗੱਲ ਕਰ ਲਈਏ, ਤੁਹਾਡੇ ਨਾਲ ਲੱਗਿਆ ਹੋਇਆ ਬੈਨਰ, ਹਾਂਜੀ ਹਾਂਜੀ, ਤੇ ਇੱਕ ਵਾਰੀ ਕੰਪਨੀ ਦਾ ਐਡਰੈਸ, ਫਰਮ ਦਾ ਐਡਰੈਸ ਜ਼ਰੂਰ ਦੱਸ ਦਿਓ ਸਰ। ਇਹ ਜੀ ਸਾਡਾ ਆਦਰਸ਼ ਨਗਰ ਹੈੱਡ ਆਫਿਸ ਹੈਗਾ, 3620 ਆਦਰਸ਼ ਨਗਰ ਜਲੰਧਰ ਸਾਡਾ ਹੈੱਡ ਆਫਿਸ ਹੈਗਾ ਜੀ ਜੀ, 1987 ਤੋਂ ਉੱਥੇ ਹੀ ਹੈੱਡ ਆਫਿਸ ਹੈਗਾ। ਇੱਕ ਸਾਡਾ ਆਫਿਸ ਬੱਦੀ ਹੈਗਾ ਜੀ, ਸਾਈਂ ਰੋਡ ਤੇ, ਹਿਮਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਬੱਦੀ, ਤੇ ਇੱਕ ਸਾਡਾ ਰੈਪਰੈਜ਼ੈਂਟੇਟਿਵ ਆਫਿਸ ਮਾਡਲ ਟਾਊਨ ਗੰਗਿਆਲ ਜੰਮੂ ਹੈਗਾ ਜੀ, ਜੰਮੂ ਹੈਗਾ। ਤੇ ਸਾਡੇ ਤਿੰਨੋਂ ਸਟੇਟਸ ਦੇ ਵਿੱਚ ਮਲਟੀਪਲ ਪਾਰਟੀਜ਼ ਹੈਗੀਆਂ ਜਿੱਥੇ ਸਾਡੀ ਮਸ਼ੀਨਾਂ ਲੱਗੀਆਂ। ਸਰ ਵੈਬਸਾਈਟ ਕੋਈ ਹੋਵੇ, www.kusum.com, KUSSUM, ਉਧਰ ਵੀ ਚੱਲੀਏ, ਤੁਹਾਡੇ ਪ੍ਰੋਡਕਟ ਕਾਫੀ ਲਾਏ ਹੋਏ ਆ। ਹਾਂਜੀ ਹਾਂਜੀ, ਉਹਦੇ ਬਾਰੇ ਇੱਧਰ ਗੱਲ ਕਰਕੇ ਫਿਰ ਆਪਾਂ ਉੱਧਰ ਜਾ ਰਿਹਾ। ਹਾਂਜੀ ਹਾਂਜੀ, ਇੱਕ ਇਹ ਇੱਥੇ ਤੁਸੀਂ ਡਿਸਪਲੇ ਤੇ ਲਾਇਆ, ਇਹਦੇ ਬਾਰੇ ਵੀ ਤੁਸੀਂ ਇਹ ਦੇਖੋ ਜੀ, ਇਹ ਤਾਂ ਤੁਹਾਨੂੰ ਆਲਰੇਡੀ ਆਪਾਂ ਦੱਸ ਚੁੱਕੇ ਆ ਸਿਗਨੋਟ ਦੀ ਮਸ਼ੀਨਾਂ ਬਾਰੇ। ਇਹ ਸੁਪਰੀਮ ਦੇ ਤੁਹਾਨੂੰ ਹਲੇ ਕਾਰਡ ਪੈਲਟਸ ਤੇ ਕ੍ਰੇਟਸ ਦਿਖਾਏ। ਪਿਡਲਾਈਟ ਦੀ ਸਾਡੇ ਕੋਲ ਡਿਸਟ੍ਰੀਬਿਊਸ਼ਨ ਹੈਗੀ ਹੈ 1995 ਤੋਂ, ਪਿਡਲਾਈਟ ਦੇ ਸਾਡੇ ਕੋਲ ਸਾਰੀ ਰੇਂਜ ਹੁੰਦੀ ਹੈ, ਸਪਰੇਅਬਲ ਰਬੜ ਐਡੈਸਿਵ, ਵਾਈਟ ਐਡੈਸਿਵ, ਫੁਕਸ ਜਰਮਨ ਕੰਪਨੀ ਹੈਗੀ ਹੈ, ਇਹਦੇ ਸਾਡੇ ਕੋਲ ਰਸਟ ਆਇਲ ਤੇ ਕਟਿੰਗ ਆਇਲ ਹੁੰਦੇ ਆ, ਹਾਂ ਆਇਲ ਜਿੰਨੇ ਵੀ ਹੈ ਹੈਂਡ ਟੂਲ ਵਾਲੇ ਹੈਗੇ ਆ ਸਾਡੇ ਕਸਟਮਰ ਹੈਗੇ ਆ, ਉੱਥੇ ਸਾਡੇ ਜਾਂਦੇ। ਸੁਡਾਲ ਬੈਲਜੀਅਮ ਕੰਪਨੀ ਹੈਗੀ ਹੈ, ਇਹਦੇ ਸਿਲੀਕੋਨ ਸੀਲੈਂਟਸ ਆਉਂਦੇ ਜਿਹਦੇ ਨਾਲ ਗਲਾਸ ਲੱਗਦਾ, ACP ਸ਼ੀਟਸ ਲੱਗਦੀਆਂ। ਫਿਰ ਕੋਮੈਕ ਇਟਾਲੀਅਨ ਕੰਪਨੀ ਹੈਗੀ ਹੈ, ਕੋਮੈਕ ਦੀ ਸਾਡੇ ਕੋਲ ਕਲੀਨਿੰਗ ਮਸ਼ੀਨ ਫਲੋਰ ਕਲੀਨਰਸ ਆਉਂਦੇ ਆ ਹਰ ਤਰ੍ਹਾਂ ਦੇ। ਐਡਵਾਂਸ MHE ਸੋਲਿਊਸ਼ਨਸ, ਇਹਦੀ ਸਾਡੇ ਕੋਲ ਸਟੈਕਰਸ ਹੁੰਦੇ ਆ ਅਤੇ ਹੈਂਡ ਪੈਲਟ ਟਰੱਕਸ ਹੁੰਦੇ ਆ। ਰੋਫ ਵੀ ਪਿਡਲਾਈਟ ਦੀ ਕੰਪਨੀ ਹੈ, ਰੋਫ ਦੇ ਟਾਈਲ ਐਡੈਸਿਵਸ ਆਉਂਦੇ ਆ, ਹਰ ਥਾਂ ਦਾ ਟਾਈਲ ਅਤੇ ਪੱਥਰ ਲਾਉਣਾ ਹੋਵੇ ਘਰ ਦੇ ਵਿੱਚ, ਉਹਦਾ ਸਾਡੇ ਕੋਲ ਰੇਂਜ ਹੈਗੀ। ਜੈਨੇਸਿਸ ਇੰਡੀਅਨ ਕੰਪਨੀ ਹੈਗੀ, ਇਹਨਾਂ ਦੇ ਪਲਾਂਟ ਇੰਡੀਆ ਅਤੇ ਦੁਬਈ ਦੋਨਾਂ 'ਚ ਹੈਗੇ ਆ। ਬੁੱਕ ਬਾਈਂਡਿੰਗ ਲਈ ਹੌਟ ਮੈਲਟ ਗਲੂ ਬਣਾਉਂਦੇ ਆ ਅਤੇ ਲੈਮੀਨੇਸ਼ਨ ਐਡੈਸਿਵ ਬਣਾਉਂਦੇ। ਇਹ ਪੂਰੀ ਰੇਂਜ ਸਾਡੇ ਕੋਲ, ਆਲਮੋਸਟ 15,000 ਤਰ੍ਹਾਂ ਦੇ ਪ੍ਰੋਡਕਟ ਸਾਡੇ ਕੋਲ ਅਵੇਲੇਬਲ ਹੈ। ਸਰ ਵੈਬਸਾਈਟ ਕੀ ਹੈਗੀ ਆ ਤੁਹਾਡੀ? www.kusum.com, KUSSUM, kusum.com। ਤੇ ਕਿਤੇ ਕਿਤੇ ਆਪਣੇ ਤੁਸੀਂ ਦੱਸਿਆ ਕਿ ਜੰਮੂ ਆ, ਜੰਮੂ ਹਿਮਾਚਲ ਤੇ ਪੰਜਾਬ ਸ਼੍ਰੀਨਗਰ ਤੱਕ ਸਾਡੇ ਕਸਟਮਰ ਬੇਸ ਹੈਗਾ, ਸਾਡੀ ਸਰਵਿਸਿਜ਼ ਹੈਗੀਆਂ, ਸਾਡੇ ਪ੍ਰੋਡਕਟਸ ਪਹੁੰਚੇ ਹੋਏ। ਲੁਧਿਆਣੇ ਵੀ ਜ਼ਰੂਰ ਖੋਲੋ ਜੀ, ਲੁਧਿਆਣੇ ਵੀ ਬਹੁਤ, ਲੁਧਿਆਣੇ ਸਾਡੇ ਕਾਊਂਟਰ ਪਾਰਟ ਹੈਗੇ, ਸਾਡੇ ਕਾਊਂਟਰ ਪਾਰਟ ਉੱਥੇ ਓਪਰੇਟ ਕਰਦੇ। ਹਾਂਜੀ ਹਾਂਜੀ, ਤੇ
ਸਰ ਹੋਰ ਕਿਹੜੀ ਮਸ਼ੀਨ ਤੁਸੀਂ ਦਿਖਾਉਣਾ ਚਾਹੁੰਦੇ ਹੋ? ਮਸ਼ੀਨਾਂ ਨਹੀਂ ਫਿਰ ਸਾਡੇ ਕੋਲ ਪ੍ਰੋਡਕਟਸ ਹੈਗੇ। ਹਾਂਜੀ ਪ੍ਰੋਡਕਟ, ਹਾਂ ਪ੍ਰੋਡਕਟ ਦੇਖ ਲਈਏ ਆਪਾਂ ਤੁਹਾਡੇ ਆਪਾਂ ਅਤੇ ਪ੍ਰੋਡਕਟਾਂ ਬਾਰੇ ਗੱਲ ਕਰ ਲਈਏ ਸਰ ਜੀ, ਅਗਲੀ ਸਟਾਲ 'ਤੇ ਜਾਵਾਂਗੇ ਅਤੇ ਉੱਥੇ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਜਿਹੜੀ ਮਸ਼ੀਨ ਹੁਣ ਹੈਗੀ ਹੈ ਜੀ ਜੀ ਸਰ, ਟਨਲ ਮਸ਼ੀਨ ਹੈਗੀ ਹੈ ਅਤੇ ਸੀਲਰ ਮਸ਼ੀਨ ਹੈਗੀ ਹੈ। ਇਹ ਮਸ਼ੀਨ ਦੇ ਵਿੱਚ ਆਪਾਂ ਕੋਈ ਵੀ ਪ੍ਰੋਡਕਟ ਨੂੰ ਰੱਖ ਕੇ ਉਹਦੇ 'ਚ ਆਪਾਂ ਸ਼ਰਿੰਕ ਫਿਲਮ ਲਾ ਕੇ ਉਹਨੂੰ ਕੱਟ ਕਰਕੇ ਐਲ ਸੀਲਰ ਦੇ ਨਾਲ ਉਹ ਟਨਲ ਮਸ਼ੀਨ ਦੇ ਵਿੱਚ ਪਾ ਸਕਦੇ ਹੋ, ਪੂਰਾ ਸ਼ਰਿੰਕ ਹੋ ਜਾਏਗਾ, ਹੀਟ ਸ਼ਰਿੰਕ ਹੋ ਜਾਏਗਾ। ਸਾਡੇ ਕੋਲ ਹੋਰ ਪੈਕੇਜਿੰਗ ਦਾ ਮਟੀਰੀਅਲ ਹੈਗਾ, ਜਿੱਦਾਂ ਕੋਰੋਗੇਟਡ ਰੋਲ ਹੋ ਗਏ, ਜਿੱਦਾਂ ਸਾਡੇ ਕੋਲ ਬਬਲ ਸ਼ੀਟ ਹੋ ਗਈ, ਡਿਫਰੈਂਟ ਟਾਈਪਸ ਆਫ ਅਡੈਸਿਵ ਟੇਪਸ ਹੋ ਗਏ, ਸਾਡੇ ਕੋਲ ਬੀ ਸੀ ਆਈ ਸ਼ੀਟਸ ਹੋ ਗਈ, ਸਾਡੇ ਕੋਲ ਹਾਰ ਡਿਫਰੈਂਟ ਟਾਈਪ ਹੋਰ ਵੀ ਪ੍ਰੋਡਕਟਸ ਹੈਗੇ ਜਿੱਦਾਂ ਕਿ ਸਿਲੀਕੋਨ ਸੀਲੈਂਟਸ। ਇਹ ਕਲੀਨਿੰਗ ਮਸ਼ੀਨ ਹੈਗੀ ਹੈ ਸਰ, ਜਿਹੜੀ ਫਲੋਰ ਕਲੀਨਿੰਗ ਮਸ਼ੀਨ ਹੈ ਜੋ ਕਿ ਸਕ੍ਰਬਿੰਗ ਕਰਦੀ ਹੈ। ਇਹ ਜਿੱਦਾਂ ਪੋਚੇ ਦਾ ਆਲਟਰਨੇਟਿਵ ਹੈਗੀ ਹੈ, ਇਹ ਪੂਰੀ ਸਕ੍ਰਬ ਕਰਕੇ ਉਹਨੂੰ ਕਲੀਨ ਕਰਕੇ ਤਾਂ ਪਿੱਛੋਂ ਪਾਣੀ ਸਾਫ਼ ਕਰ ਲੈਂਦੀ ਹੈ ਅਤੇ ਇਹ ਬਹੁਤ ਇਫੈਕਟਿਵ ਹੈ ਇੰਡਸਟਰੀਜ਼ ਦੇ ਵਿੱਚ ਅਤੇ ਘਰਾਂ ਦੇ ਵਿੱਚ ਵੀ। ਅਤੇ ਆਪਾਂ ਪ੍ਰੋਡਕਟਾਂ ਬਾਰੇ ਗੱਲ ਕਰੀਏ ਤਾਂ ਪ੍ਰੋਡਕਟਸ ਬਾਰੇ ਤੁਹਾਨੂੰ ਇਹ ਦੱਸਣਗੇ ਅਡੈਸਿਵਸ ਦੇ ਬਾਰੇ ਅਭਿਸ਼ੇਕ ਜੀ। ਜੀ ਸਰ, ਇਹ ਜੀ ਜਿਹੜਾ ਤੁਹਾਨੂੰ ਦੱਸਿਆ ਸੀ ਬੁੱਕ ਬਾਈਂਡਿੰਗ ਵਾਸਤੇ ਸਾਡਾ ਗਲੂ ਯੂਜ਼ ਹੁੰਦਾ, ਇਹ ਬੁੱਕ ਦੀ ਸਪਾਈਨ 'ਤੇ ਲੱਗਦਾ, ਮਸ਼ੀਨ ਦੇ ਥਰੂ ਜਾਂਦਾ, ਇਹਨੂੰ ਹੀਟ ਕਰਦੇ ਹਾਂ, ਇਹ 130-140 ਡਿਗਰੀ 'ਤੇ ਹੀਟ ਹੋ ਕੇ ਬੁੱਕ ਨੂੰ ਬਾਈਂਡ ਕਰਦਾ। ਇਹ ਹੋਟ ਸੈਲਿੰਗ ਆਈਟਮ ਹੈਗੀ ਹੈ ਜਲੰਧਰ ਵਰਗੀ ਮਾਰਕੀਟ ਦੇ ਵਿੱਚ। ਜਲੰਧਰ ਜਿੱਦਾਂ ਦੇ ਬੜੇ ਬੰਦੇ ਹੈਗੇ ਆ ਜਿਹੜੇ ਗਵਰਨਮੈਂਟ ਲਈ ਕਿਤਾਬਾਂ ਬਣਾਉਂਦੇ ਆ, ਗੁਜਰਾਤ ਗਵਰਨਮੈਂਟ ਲਈ, ਰਾਜਸਥਾਨ ਗਵਰਨਮੈਂਟ ਲਈ, ਪੰਜਾਬ ਗਵਰਨਮੈਂਟ ਲਈ ਕਿਤਾਬਾਂ, ਇੱਕ ਦਿਨ ਦੀ 10-10 ਲੱਖ ਕਿਤਾਬਾਂ ਛਪਦੀਆਂ, ਉਹਦੇ 'ਤੇ ਸਾਡਾ ਪ੍ਰੋਡਕਟ ਜਾਂਦਾ। ਇਹ ਫੈਵੀਕੋਲ ਦੇ ਸਾਡੇ ਕੋਲ ਸਾਰੀ ਇੰਡਸਟਰੀਅਲ ਅਡੈਸਿਵ ਰੇਂਜ ਹੈਗੀ ਹੈ, SP4 ਅਤੇ ਫਾਸਟ ਹੈਗਾ, ਸਪਰੇਬਲ ਰਬੜ ਅਡੈਸਿਵ ਹੈਗੇ ਆ, ਇਹਦੇ ਨਾਲ ਗੱਦੀਆਂ ਜੁੜਦੀਆਂ, ਜਿਹੜੇ ਬੋਕਸਿੰਗ ਗਲਵਸ ਬਣਦੇ ਉਹਨਾਂ 'ਤੇ ਜਿਹੜੀ ਲੈਦਰ ਲੱਗਦੀ ਹੈ ਫੋਮ ਦੇ ਉੱਤੇ, ਉਹ ਇਸ ਪ੍ਰੋਡਕਟ ਨਾਲ ਲੱਗਦੀ ਹੈ। ਇਹ ਸਾਡੇ ਕੋਲ ਜੈਨੇਸਿਸ ਦੇ ਲੈਮੀਨੇਸ਼ਨ ਅਡੈਸਿਵ ਹੈਗੇ ਆ, ਜਿਹਨਾਂ ਤੁਸੀਂ ਦੇਖਿਆ ਉਹਨਾਂ ਕਾਪੀਆਂ 'ਤੇ ਕਿਤਾਬਾਂ 'ਤੇ ਪਤਲੀ ਪਲਾਸਟਿਕ ਦੀ ਫਿਲਮ ਹੁੰਦੀ ਹੈ ਲੱਗਦੀ ਹੈ ਟਰਾਂਸਪੇਰੈਂਟ, ਉਹ ਇਸ ਅਡੈਸਿਵ ਨਾਲ ਲੱਗਦੀ ਹੈ। ਫਿਰ ਰੋਫ ਦੇ ਸਾਡੇ ਕੋਲ ਪ੍ਰੋਡਕਟਸ ਹੈਗੇ ਆ, ਰੋਫ ਦੇ ਪ੍ਰੋਡਕਟਸ ਸਾਡੇ ਕੋਲ ਟਾਈਲ ਅਡੈਸਿਵ ਅਤੇ ਪੱਥਰ ਲਾਉਣ ਲਈ, ਟਾਈਲਾਂ 'ਤੇ ਪੱਥਰ ਘਰੇ ਲਾਉਣ ਲਈ ਹੈਗੇ ਆ। SWR ਪਲੱਸ, ਇਹ ਵਾਈਟ ਅਡੈਸਿਵ ਜਿੱਦਾਂ ਫੈਵੀਕੋਲ ਮਰੀਨ ਹੁੰਦਾ, ਲੱਕੜ ਵੁੱਡ ਵਰਕ ਲਈ, ਇਹ ਉਹ ਵੀ ਹੈਗਾ। ਇਹ ਸਾਡੇ ਕੋਲ ਸਿਲੀਕੋਨ ਸੀਲੈਂਟਸ ਹੈਗੇ ਆ, ਇਹ ਜਿਹੜੇ ਹਰ ਤਰ੍ਹਾਂ ਦੀ ਤੁਹਾਡੇ ਗਲਾਸ ਜੋੜਨ ਲਈ, ਅਲਮੀਨੀਅਮ ਕੰਪੋਜ਼ਿਟ ਪੈਨਲ ਜੋੜਨ ਲਈ, ਕੁਛ ਵੀ ਤੁਹਾਨੂੰ ਜੋੜਨਾ ਹੋਵੇ ਉਹਦੇ ਲਈ ਸਿਲੀਕੋਨ ਸੀਲੈਂਟਸ ਹੈਗੇ ਆ। ਅਤੇ ਇਹ ਸਾਡੇ ਕੋਲ ਮਲਟੀਪਲ ਰੇਂਜ ਹੈਗੀ ਹੈ, ਪ੍ਰੋਡਕਟ ਇੰਨੇ ਹੈਗੇ ਕਿ ਮੈਂ 2 ਦਿਨ ਵੀ ਲੱਗਾ ਰਹਾਂ ਤੁਹਾਨੂੰ ਸਾਰੇ ਨਹੀਂ ਦੱਸ ਸਕਦਾ, ਪਰ ਰੇਂਜ ਪੂਰੀ ਹੈ ਜੀ। ਜੀ ਆਪਾਂ ਫਿਰ ਇੱਕ ਵਾਰੀ ਤੁਹਾਡੇ ਤੋਂ ਪੁੱਛ ਲਈਏ, ਹਾਂਜੀ ਥੋੜ੍ਹਾ ਅੱਗੇ ਆ ਜਾਓ, ਨਾਲੇ ਤੁਹਾਡੇ ਪਿੱਛੇ ਫਰਮ ਦਾ ਵੀ ਐਡਰੈਸ ਵੀ ਆਏ, ਅਤੇ ਉਰੇ ਖੜ ਜਾਓ ਸਰ, ਅਤੇ ਪਿੱਛੋਂ ਤੁਸੀਂ ਉੱਪਰੋਂ ਪਿੱਛੋਂ ਸ਼ੋਟ ਲਓ, ਉਹ ਉੱਪਰੋਂ ਆਇਆ ਸਰ। ਕੰਪਨੀ ਦਾ ਨਾਮ ਦੱਸ ਦਿਓ। ਕੁਸੁਮ ਬਿਜ਼ਨਸ ਸੋਲਿਊਸ਼ਨਸ ਪ੍ਰਾਈਵੇਟ ਲਿਮਿਟਡ 1987 ਸ਼ੁਰੂ ਹੋਈ ਸੀ, ਮੇਰੇ ਗ੍ਰੈਂਡਫਾਦਰ ਨੇ ਸ਼ੁਰੂ ਕੀਤੀ ਸੀ, ਅਤੇ ਮੈਂ ਹਲੇ 3rd generation ਹੈਗਾ ਬਿਜ਼ਨਸ ਦੇ ਵਿੱਚ। ਅਭਿਸ਼ੇਕ ਚੁੱਗ ਮੇਰਾ ਨਾਂ ਹੈ, ਮੇਰੇ ਫਾਦਰ ਸਾਹਿਬ ਮਿਸਟਰ ਦੀਪਕ ਚੁੱਗ, ਮੇਰੇ ਬ੍ਰਦਰ ਮਿਸਟਰ ਅਭਿਨਵ ਚੁੱਗ, ਅਤੇ ਮੈਂ ਆਪਾਂ ਕੰਪਨੀ ਦੇਖ ਰਹੇ ਹਾਂ। ਆਪਾਂ ਸ਼ੁਰੂ ਕੀਤੀ ਸੀ ਕਿਰਾਏ ਦਾ ਆਫਿਸ ਲੈ ਕੇ, ਅਤੇ ਅੱਜ ਦੀ ਡੇਟ ਦੇ ਵਿੱਚ ਸਾਡੇ 3 ਸਟੇਟਸ ਦੇ ਵਿੱਚ ਆਫਿਸ ਹੈਗੇ ਆ, ਅਤੇ 25-30 crore ਦਾ ਟਰਨਓਵਰ ਹੈਗਾ ਸਾਹਿਬ। ਹਾਂਜੀ, ਫਰਮ ਦਾ ਐਡਰੈਸ 36B ਆਦਰਸ਼ ਨਗਰ ਜਲੰਧਰ, ਹੈੱਡ ਆਫਿਸ ਸਾਡਾ ਹੈਗਾ ਜਲੰਧਰ ਦੇ ਵਿੱਚ। ਸਰ ਵੈਬਸਾਈਟ? ਵੈਬਸਾਈਟ www.kusum.com, KUSUM kusum.com। ਸਰ ਆਪਣਾ ਕੋਈ ਕੰਟੈਕਟ ਨੰਬਰ ਹੋਵੇ? ਕੰਟੈਕਟ ਨੰਬਰ 9914025081, ਮੇਰੇ ਫਾਦਰ ਸਾਹਿਬ ਦਾ ਨੰਬਰ।
ਦੇਖੋ ਜਿਹੜੀਆਂ ਐਗਜੀਬਿਸ਼ਨਸ ਆ ਨਾ ਇਹ ਕਿਸੇ ਵੀ ਇੰਡਸਟਰੀ ਦੀ ਲਾਈਫ ਲਾਈਨ ਆ ਔਰ ਸਭ ਤੋਂ ਵੱਡੀ ਚੀਜ਼ ਆ ਕਿ ਜਿਹੜੀ ਲੇਟੈਸਟ ਡਿਵੈਲਪਮੈਂਟ ਦਾ ਕਿਸੇ ਵੀ ਐਗਜੀਬਿਸ਼ਨ ਦੇ ਵਿੱਚ ਹੀ ਪਤਾ ਲੱਗਦਾ ਚਾਹੇ ਉਹ ਮਸ਼ੀਨਰੀ ਹੋਵੇ ਚਾਹੇ ਪ੍ਰੋਡਕਟ ਹੋਵੇ ਅੱਜ ਮਸ਼ੀਨੈਕਸ ਜਿਹੜੀ ਐਗਜੀਬਿਸ਼ਨ ਦਾ 6th ਐਡੀਸ਼ਨ ਜਲੰਧਰ ਦੇ ਵਿੱਚ ਜਿਹੜਾ ਇਨਾਗੂਰੇਸ਼ਨ ਹੋਈ ਆ ਔਰ ਇਹਦੇ ਵਿੱਚ ਮੈਂਬਰਸ ਨੇ ਆਪਣੇ ਪ੍ਰੋਡਕਟ ਨੂੰ ਡਿਸਪਲੇ ਕੀਤਾ ਤੋ ਇਕੱਲੀ ਬਾਈਸਾਈਕਲ ਇੰਡਸਟਰੀ ਦੀ ਗੱਲ ਕਰੀਏ ਤਾਂ ਜਲੰਧਰ ਸਪੋਰਟਸ ਗੁੱਡਸ ਦੇ ਵਿੱਚ ਵੀ ਬਹੁਤ ਉੱਪਰਲੇ ਸਥਾਨ 'ਤੇ ਆ ਅਤੇ ਇੱਥੇ ਮੈਂਬਰਾਂ ਨੇ ਆਪਣੇ ਪ੍ਰੋਡਕਟਸ ਡਿਸਪਲੇ ਕੀਤੇ ਆ ਈਵਨ ਕਿ ਜਿਮ ਦੇ ਪ੍ਰੋਡਕਟ ਸਪੋਰਟਸ ਗੁੱਡਸ ਔਰ ਜਿਹੜੀਆਂ ਲੇਟੈਸਟ VMC ਔਰ CNC ਟਰਨਿੰਗ ਮਸ਼ੀਨਸ ਇੱਥੇ ਡਿਸਪਲੇ ਕੀਤੀਆਂ ਨੇ ਮੈਂ ਮੁਬਾਰਕਬਾਦ ਦਿੰਦਾ ਵਾ ਮਸ਼ੀਨੈਕਸ ਦੇ ਡਾਕਟਰ ਕਰਮਜੀਤ ਸਿੰਘ ਜੀ ਨੂੰ ਔਰ ਡਾਇਰੈਕਟਰ ਕਮਲਜੀਤ ਕੌਰ ਨੂੰ ਕਿ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਕਿਉਂਕਿ ਅੱਜ ਅਗਰ ਲੁਧਿਆਣੇ ਦੀ ਬਾਹਰ ਗੱਲ ਕਰੀਏ ਤਾਂ ਲੁਧਿਆਣੇ ਤੋਂ ਬਾਅਦ ਜਲੰਧਰ ਅੰਮ੍ਰਿਤਸਰ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਐਕਸਪਲੋਰ ਕਰਨ ਦੀ ਲੋੜ ਆ ਅਤੇ ਉਹਨਾਂ ਨੇ ਆਪਣੇ ਐਗਜੀਬਿਟਰਸ ਦੇ ਨਾਲ 120 ਦੇ ਕਰੀਬ ਐਗਜੀਬਿਟਰਸ ਨੇ ਉਹਨਾਂ ਨਾਲ ਜਿਹੜੇ ਪ੍ਰੋਡਕਟ ਡਿਸਪਲੇ ਕੀਤੇ ਆ ਜਿੱਥੇ ਮੁਬਾਰਕਬਾਦ ਦਿੰਦਾ ਧੰਨਵਾਦ ਵੀ ਕਰਦਾ ਕਿ ਜਲੰਧਰ ਵਾਲਿਆਂ ਨੂੰ ਵੀ ਇਹਨਾਂ ਨੇ ਇੱਕ ਹਲੂਣਾ ਦਿੱਤਾ ਵਾ ਉੱਠੋ ਆਪਣੀ ਸੀਟ 'ਤੇ ਉੱਠ ਕੇ ਨਵੀਂ ਇਨੋਵੇਸ਼ਨ ਨੂੰ ਦੇਖੋ ਅਤੇ ਆਪਣੀ ਇੰਡਸਟਰੀ ਦੇ ਵਿੱਚ ਇੰਪਲੀਮੈਂਟ ਕਰੋ ਅਤੇ MSME ਇੰਡਸਟਰੀ ਨੂੰ ਉੱਪਰ ਲੈ ਕੇ ਜਾਓ ਥੈਂਕ ਯੂ ਬਹੁਤ ਅੱਛੀ ਐਕਸਪੋ ਅੱਜ ਜੀ ਜੀ ਔਰ ਇਹਦੇ ਵਿੱਚ ਬੜੀ ਮਾਡਰਨ ਔਰ ਬੜੀ ਮਸ਼ੀਨਾਂ ਆਈਆਂ ਹੋਈਆਂ ਤੁਸੀਂ ਦੇਖਦੇ ਹੀ ਹੋ ਜਿੱਦਾਂ ਮੇਰੇ ਹੁਣ ਸੱਜੇ ਪਾਸੇ ਰੋਬੋਟ ਮਸ਼ੀਨ ਦੇ ਵਿੱਚ ਮਾਲ ਲੋਡ ਕਰ ਰਿਹਾ ਅਤੇ ਚੱਕ ਰਿਹਾ ਇਹੋ ਜਿਹੀ ਮਸ਼ੀਨਾਂ ਦੀ ਅੱਜ ਦੇ ਜ਼ਮਾਨੇ 'ਚ ਲੋੜ ਆ ਜਿਹਨੂੰ ਅਸੀਂ ਵਰਤ ਕੇ ਬਾਹਰਲੀ ਕੰਟਰੀ ਜਿਹੜੀਆਂ ਬਹੁਤ ਹਾਈਟੈਕ ਹੈਗੀਆਂ ਉਹਨਾਂ ਦਾ ਕੰਪੀਟੀਸ਼ਨ ਅਸੀਂ ਇਹਨਾਂ ਨਾਲ ਕਰ ਸਕਦੇ ਹਾਂ ਇਹ ਚਾਰ ਚਾਰ ਮਸ਼ੀਨਾਂ 'ਤੇ ਇੱਕ ਇੱਕ ਮੈਨ ਪਾਵਰ ਇੱਕ ਇੱਕ ਆਦਮੀ ਖੜ੍ਹਾ ਹੋਏਗਾ ਔਰ ਕੋਸਟ ਆਫ ਪ੍ਰੋਡਕਸ਼ਨ ਵੀ ਵਧੇਗੀ ਕੋਸਟ ਆਫ ਪ੍ਰੋਡਕਸ਼ਨ ਘਟੇਗੀ ਔਰ ਪ੍ਰੋਡਕਸ਼ਨ ਵਧੇਗੀ ਹਾਂ ਸੋ ਇਹਦੇ 'ਚ ਹੋਰ ਕਈ ਤਰ੍ਹਾਂ ਦੀਆਂ ਨਵੀਂ ਟੈਕਨੀਕ ਦੀਆਂ ਬਿਲਕੁਲ ਨਵੀਆਂ ਇਨਵੈਂਸ਼ਨ ਜਿਹੜੀਆਂ ਉਹ ਵੀ ਹੈ ਕਿਉਂਕਿ ਇਹਦੇ ਵਿੱਚ STP ਪਲਾਂਟ ਤੁਸੀਂ ਦੇਖਿਆ ਹੋਣਾ ਇੱਕ ਉਹ ਪਨਡੁੱਬੀ ਵਰਗਾ ਜਿਹਾ ਉਹ 5-6 ਘਰਾਂ ਦੇ ਵਿੱਚ ਕਿਤੇ ਵੀ ਤੁਸੀਂ ਅਗਰ ਪਿੰਡ ਦੇ ਵਿੱਚ 4-5 ਲਗਾ ਲੈਂਦੇ ਹੋ 20-25 ਘਰ ਹੈਗੇ ਆ ਅਤੇ ਉਹਦੇ 'ਚ ਤੁਹਾਨੂੰ ਫਿਰ ਸੀਵਰੇਜ ਦੀ ਲੋੜ ਨਹੀਂ ਉਹਦੇ ਪਾਣੀ ਟ੍ਰੀਟ ਕਰ ਦੇਣਾ ਤੁਸੀਂ ਆਪਣੇ ਬਾਗ ਬਗੀਚੇ ਜਿੱਥੇ ਮਰਜ਼ੀ ਕੱਪੜੇ ਧੋਣੇ ਆ ਜਾਂ ਹੋਰ ਕੋਈ ਕੰਮ ਕਰਨਾ ਉਹ 'ਚ ਪਾਣੀ ਯੂਜ਼ ਕਰ ਸਕਦੇ ਹੋ ਅਤੇ ਉਹ ਬੜਾ ਸਸਤਾ ਅਤੇ ਬੜਾ ਇਕਨੋਮੀਕਲ ਵਧੀਆ ਤਰੀਕਾ ਆ ਔਰ ਬੜਾ ਪਰਫੈਕਟ ਤਰੀਕਾ ਖਰਚਾ ਵੀ ਬਹੁਤ ਘੱਟ ਆ ਉਹਦਾ ਜੋ ਅਸੀਂ ਘਰ ਦੀ ਗਰਕੀ ਬਣਾ ਲੈਂਦੇ ਉਹਦੇ ਨਾਲੋਂ ਵੀ ਅੱਛਾ ਆ ਸੋ ਇੱਦਾਂ ਦੀਆਂ ਹੋਰ ਹੈਗੀਆਂ ਮਸ਼ੀਨਰੀ ਜਿਹੜੀ ਕੰਪਿਊਟਰ ਨਾਲ ਚੱਲਦੀ ਆ ਅਤੇ ਇਹ ਮਸ਼ੀਨਰੀ ਇਸ ਕਰਕੇ ਆ ਕਿ ਇੱਕ ਜਗ੍ਹਾ ਦੇ ਉੱਤੇ ਆ ਕੇ ਸਾਰੇ ਇੰਡਸਟਰੀਲਿਸਟਾਂ ਨੂੰ ਸਾਰੀ ਇਹ ਮਸ਼ੀਨਰੀ ਮਿਲ ਜਾਂਦੀ ਹੈ ਔਰ ਜਿਹੜੇ ਸਾਡੇ ਮਸ਼ੀਨਰੀ ਵਾਲੇ ਆ ਉਹਨਾਂ ਨੂੰ ਇੱਕ ਜਗ੍ਹਾ 'ਤੇ ਆ ਕੇ ਆਪਣੇ ਕਸਟਮਰ ਮਿਲ ਜਾਂਦੇ ਆ ਇਸ ਕਰਕੇ ਐਕਸਪੋ ਜਿਹੜੀਆਂ ਇੱਦਾਂ ਦੀਆਂ ਬਹੁਤ ਕਾਮਯਾਬ ਹੁੰਦੀਆਂ ਔਰ ਇਹਨਾਂ ਨੂੰ ਦੇਖ ਕੇ ਜਿਸ ਤਰ੍ਹਾਂ ਸਵੇਰੇ DAV ਇੰਜੀਨੀਅਰਿੰਗ ਦੇ ਦੁਪਹਿਰੇ ITI ਦੇ ਅਤੇ ਹੁਣ ਸ਼ਾਮ ਨੂੰ ਲਵਲੀ ਦੇ ਇੰਜੀਨੀਅਰਿੰਗ ਦੇ ਸਟੂਡੈਂਟਸ ਆ ਰਹੇ ਆ ਉਹਨਾਂ ਦਾ ਵੀ ਵਿਜ਼ਨ ਖੁੱਲ੍ਹਦਾ ਹੈ ਹਾਂ ਤੋ ਇਹ ਐਕਸਪੋ ਜਿਹੜੀ ਬਹੁਤ ਕਾਮਯਾਬ ਹੋਈ ਹੈ
ਪਰ ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਵਾਰੀ ਇਸ ਤੋਂ ਡਬਲ ਹੋਏਗੀ। ਸਰ ਕੀ ਐਸੋਸੀਏਸ਼ਨ ਕਿਹੜੀ ਹੈ ਤੁਹਾਡੀ? ਸਾਡੀ ਫੋਕਲ ਪੁਆਇੰਟ ਐਸੋਸੀਏਸ਼ਨ ਆ, ਗਦਾਈਪੁਰ ਇੰਡਸਟਰੀਅਲ ਉਦਯੋਗ ਨਗਰ ਇੰਡਸਟਰੀਅਲ ਐਸੋਸੀਏਸ਼ਨ ਆ, ਨੋਰਦਰਨ ਚੈਂਬਰ ਆਫ ਸਮਾਲ ਐਂਡ ਮੀਡੀਅਮ ਇੰਡਸਟਰੀ ਹੈ, ਯੂਨਾਈਟਿਡ ਫਰੰਟ ਆਫ ਇੰਡਸਟਰੀ ਐਂਡ ਟ੍ਰੇਡ, ਚਾਰ ਐਸੋਸੀਏਸ਼ਨਾਂ ਨੂੰ ਅਸੀਂ ਜਿਵੇਂ ਆਪਣੀ ਇੰਡਸਟਰੀ ਪਹਿਲਾਂ ਜਿਹੜੀ ਵੀ 1-2 ਨੰਬਰ ਦੇ ਸੀ, ਜੇ ਆਪਾਂ ਕਹੀਏ ਹਾਂਜੀ, ਅੱਜ ਤੋਂ 18 ਸਾਲ ਪਹਿਲਾਂ 1-2 ਨੰਬਰ ਦੇ ਸੀ, ਹੁਣ ਡਾਊਨ ਫਾਲ 'ਚ ਜਾ ਰਹੀ ਆ ਜਿਹੜੀ ਆਪਣੀ ਇੰਡਸਟਰੀ, ਉਹਨੂੰ ਗਰੋ ਅਪ ਕਰਨ ਲਈ ਤੁਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਕੀ ਅਪੀਲ ਕਰੋਗੇ? ਅਸੀਂ ਇਹ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇੱਦਾਂ ਦੀ ਐਕਸਪੋ ਥੋੜ੍ਹੇ ਵੱਡੇ ਲੈਵਲ 'ਤੇ ਲਾਈ ਜਾਵੇ, ਕਿਉਂਕਿ ਅਸੀਂ ਜਾਂਦੇ ਹਾਂ ਚਾਈਨਾ ਦੇਖਦੇ ਹਾਂ, ਉੱਥੇ 100-100 ਏਕੜ ਦੇ ਵਿੱਚ, 200-200 ਏਕੜ ਦੇ ਵਿੱਚ ਐਕਸਪੋ ਲੱਗੀ ਹੁੰਦੀ ਹੈ, ਔਰ ਸਰਕਾਰ ਨੇ ਸਾਰਾ ਇਨਫਰਾਸਟ੍ਰਕਚਰ ਬਣਾਇਆ ਅਤੇ ਇੰਡਸਟਰੀ ਉੱਥੇ ਆਪਣਾ ਡਿਸਪਲੇ ਕਰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਜਲੰਧਰ ਦੇ ਨਜ਼ਦੀਕ ਸਾਨੂੰ ਕੋਈ ਜਗ੍ਹਾ 10 ਏਕੜ ਦੇ ਕਰੀਬ ਦਿੱਤੀ ਜਾਵੇ ਜਿੱਥੇ ਐਕਸਪੋ ਲੱਗੇ, ਅਤੇ ਦੁਆਬੇ ਦਾ ਏਰੀਆ, ਕਿਉਂਕਿ ਲੁਧਿਆਣੇ ਤਾਂ ਲੱਗ ਹੀ ਰਹੀ ਹੈ, ਦੁਆਬੇ ਦਾ ਏਰੀਆ ਬਹੁਤ ਜ਼ਿਆਦਾ ਡਿਵੈਲਪ ਹੋਏਗਾ। ਇੰਡਸਟਰੀ ਤਾਂ ਹੀ ਡਿਵੈਲਪ ਹੁੰਦੀ ਹੈ ਜੇ ਇੰਡਸਟਰੀ ਨੂੰ ਵਿਜ਼ਨ ਵੀ ਮਿਲੇ ਵੀ ਅਸੀਂ ਕਰਨਾ ਕੀ ਹੈ, ਜੇ ਅਸੀਂ ਆਹ ਪ੍ਰੋਡਕਟ ਬਣਾਉਣਾ ਬੰਨਾ ਕਿੱਦਾਂ, ਕਿਹੜੀ ਮਸ਼ੀਨਰੀ ਚਾਹੀਦੀ ਹੈ, ਇਹ ਨੌਲੇਜ ਹਾਸਲ ਕਰਨ ਲਈ ਕਈ ਵਾਰੀ ਬਹੁਤ ਟਾਈਮ ਲੱਗ ਜਾਂਦਾ। ਸੋ ਇੱਥੇ ਇੱਕ ਜਗ੍ਹਾ 'ਤੇ ਤੁਸੀਂ ਜੋ ਮਰਜ਼ੀ ਦੇਖ ਸਕਦੇ ਹੋ, ਇੱਕ ਪਲੇਟਫਾਰਮ 'ਤੇ ਸਾਰੇ ਬਾਇਰ ਔਰ ਜਿਹੜੇ ਸਰ। ਇਹ ਤੋਂ ਇਲਾਵਾ ਤੁਸੀਂ ਜਿਹੜੀ ਹੈ ਇਹ ਜਿਹੜੀ ਆਪਣੀ ਐਕਸਪੋ ਲੱਗੀ ਆ, ਇਹ ਤੋਂ ਬਿਨਾਂ ਜਿਵੇਂ ਤੁਹਾਡੇ ਜਲੰਧਰ ਦੀ ਹੈਗੀ ਆ, ਮੇਰੇ ਕਹਿੰਦਾ ਜ਼ਿਆਦਾ ਜਿਹੜੀ ਹੈਗੀ ਆ ਇੰਡਸਟਰੀ ਜਿਹੜੀ ਹੈਗੀ ਆ ਉਹ ਆਪਣਾ ਮੈਮ ਇਹ ਕੰਸੈਪਟ ਵੀ ਹੈ ਸਾਡੇ ਕੋਲ, ਇੱਕ ਆਟੋਮੈਟਿਕ ਬੈਟਰੀ ਓਪਰੇਟਿਡ ਸਟੈਕਰ ਹੈਗਾ ਹੈ, 10 ਫੁੱਟ ਦੀ ਹਾਈਟ 'ਤੇ ਜਾਂਦਾ ਹੈ ਜੀ ਇਹ, ਔਰ ਕੋਈ 2 ਟਨ ਦਾ ਤੁਸੀਂ ਇਹਦੇ ਉੱਤੇ ਜਿਹੜਾ ਹੈਗਾ ਲੋਡ ਕਰ ਸਕਦੇ ਹੋ, ਔਰ ਮੈਨੂਅਲ ਸਟੈਕਰਸ ਵੀ ਹੈਗੇ ਹੈ, ਪੈਲੇਟ ਟਰੱਕਸ ਵੀ ਹੈਗੇ ਹੈ, ਟਰੋਲੀਜ਼ ਹੈ ਹਰ ਤਰ੍ਹਾਂ ਦੀਆਂ, ਹਾਈਡਰੋਲਿਕ ਟਰੋਲੀਜ਼ ਹੈਗੀਆਂ ਹੈ, ਔਰ ਉਸ ਤੋਂ ਬਾਅਦ ਸਾਡਾ ਪੈਕੇਜਿੰਗ ਆ ਜਾਂਦਾ ਹੈ, ਇਹ ਕਾਰਟਨ ਟੇਪਿੰਗ ਮਸ਼ੀਨ ਹੈ, ਇਹਦੇ ਉੱਤੇ ਤੁਸੀਂ ਆਟੋਮੈਟਿਕ ਕਾਰਟਨ ਨੂੰ ਦੋਨੋਂ ਤਰਫ ਤੋਂ ਟੇਪ ਲਗਾ ਸਕਦੇ ਹੋ। ਉਸ ਤੋਂ ਬਾਅਦ ਸਰ ਇਹ ਪੈਕੇਜਿੰਗ ਮਸ਼ੀਨ ਹੈ, ਆਟੋਮੈਟਿਕ ਪੈਕੇਜਿੰਗ ਮਸ਼ੀਨ ਹੈ, ਇਹਦੇ ਵਿੱਚ ਤੁਸੀਂ ਲੇਡੀ ਫੋਮ ਦੇ ਵਿੱਚ ਪੈਕੇਟ ਕੱਢ ਸਕਦੇ ਹੋ, ਔਰ ਇੱਕ ਸਿੰਗਲ ਪੈਕੇਟ ਵੀ ਨਿਕਲੇਗਾ, 1 ਕੇਜੀ ਤੱਕ ਵੀ ਨਿਕਲੇਗਾ, ਔਰ 100 ਗ੍ਰਾਮ ਦਾ ਵੀ ਪੈਕੇਟ ਨਿਕਲੇਗਾ ਇਹਦੇ ਵਿੱਚ, ਔਰ ਇਹ ਲਿਕੁਇਡ ਔਰ ਪੇਸਟ ਫੀਲਿੰਗ ਮਸ਼ੀਨ ਹੈ, ਹਰ ਤਰ੍ਹਾਂ ਦਾ ਤੁਹਾਨੂੰ ਪੈਕੇਜਿੰਗ ਕੰਸੈਪਟ ਮਿਲੇਗਾ, ਲਿਕੁਇਡ ਔਰ ਪੇਸਟ ਭਰ ਸਕਦੇ ਹੋ, ਕੋਈ ਬੋਟਲਸ ਹੈ ਜਾਂ ਜਾਰ ਹੈ, ਹਰ ਤਰ੍ਹਾਂ ਦਾ ਤੁਹਾਡਾ ਇਹਦੇ ਵਿੱਚ ਪ੍ਰੋਡਕਟ ਭਰਿਆ ਜਾ ਸਕਦਾ ਹੈ। ਇਹ ਸਾਡਾ ਆਟੋਮੈਟਿਕ ਬੈਚ ਕੋਡਿੰਗ ਕੰਸੈਪਟ ਹੈ, MRP ਬੈਚ ਕੋਡ ਲਗਾਉਣਾ ਹੈ, ਤੁਸੀਂ ਕਿਸੇ ਤਰ੍ਹਾਂ ਦੀ ਐਕਸਪਾਇਰੀ ਡੇਟ ਲਗਾਉਣੀ ਹੈ ਤਾਂ ਇਹ ਕੰਟਰੋਲ ਪ੍ਰਿੰਟ ਬ੍ਰਾਂਡ ਦਾ ਇੱਕ ਸਾਡਾ ਕੋਲ ਪ੍ਰਿੰਟਰ ਹੈਗਾ ਹੈ, ਟੋਟਲੀ ਸਰਵਿਸ ਤੁਹਾਨੂੰ ਤੁਹਾਡੇ ਆਫਿਸ 'ਚ ਮਿਲੇਗੀ, ਇਹਦੇ ਵਿੱਚ ਸਰਵਿਸ ਮਿਲੇਗੀ, ਔਰ ਤੁਹਾਨੂੰ ਇਹ ਸਟੀਲ ਬੋਡੀ ਦੀ ਕਨਵੇਅਰ ਹੈਗੀ ਹੈ ਸਾਡੀ, ਔਰ ਇਹ ਤੁਹਾਨੂੰ ਤੁਹਾਡੇ ਆਫਿਸ ਦੇ ਵਿੱਚ ਤੁਹਾਨੂੰ ਸਰਵਿਸ, ਔਰ ਉਸ ਤੋਂ ਬਾਅਦ ਇਹ ਸਟ੍ਰੈਚ ਰੈਪਿੰਗ ਮਸ਼ੀਨ ਹੈਗੀ ਹੈ, ਸਟ੍ਰੈਚ ਰੈਪਿੰਗ ਮਸ਼ੀਨ ਦੇ ਵਿੱਚ ਤੁਹਾਨੂੰ ਕੋਈ ਵੀ ਤੁਸੀਂ ਕਾਰਟਨ ਨੂੰ ਸਟ੍ਰੈਚ ਕਰਨਾ ਹੈ ਕਿਸੇ ਨੂੰ ਫਟਣ ਤੋਂ ਬਚਾਉਣ ਵਾਸਤੇ ਜਾਂ ਕਿਸੇ ਐਕਸਪੋਰਟ ਸਿਸਟਮ ਵਾਸਤੇ, ਤੁਸੀਂ ਇਹ ਸਟ੍ਰੈਚ ਰੈਪਿੰਗ ਮਸ਼ੀਨ ਕੰਮ ਆਉਂਦੀ ਹੈ। ਉਸ ਤੋਂ ਬਾਅਦ ਜੀ ਸਾਡੇ ਕੋਲ ਸ਼ਰਿੰਕ ਮਸ਼ੀਨ ਹੈ, ਕਿਸੇ ਵੀ ਪ੍ਰੋਡਕਟ ਨੂੰ ਤੁਸੀਂ ਲੈਮੀਨੇਟ ਕਰਨਾ ਹੈ, ਕਿਸੇ ਦਾ
ਪੈਕਟ ਬਣਾਉਣਾ ਹੈ, ਕੋਈ ਲੈਮੀਨੇਟ ਕਰਨੀ ਹੈ, ਇਸ ਤਰ੍ਹਾਂ ਦਾ ਇਹ ਕਨਸੈਪਟ ਹੈ। ਇੱਥੇ ਸੀਲਿੰਗ ਕਟਿੰਗ ਕਰਕੇ ਤੁਸੀਂ ਇਸ ਪੈਕਟ ਨੂੰ ਔਰ ਇਸ ਤਰ੍ਹਾਂ ਸ਼ਰਿੰਕ ਮਸ਼ੀਨ ਦੇ ਵਿੱਚ ਪਾਵਾਂਗੇ ਤਾਂ ਇਹ ਜਿਹੜਾ ਹੈਗਾ ਪੈਕਟ ਬਣ ਕੇ ਤੁਹਾਡਾ ਬਾਹਰ ਨਿਕਲੇਗਾ। ਇਸ ਟਾਈਪ ਨਾਲ ਤੁਸੀਂ ਇਸ ਪੈਕਟ ਨੂੰ ਲੈਮੀਨੇਟ ਕਰਕੇ ਬਾਹਰ ਕੱਢ ਸਕਦੇ ਹੋ। ਐਲ ਸੀਲਰ, ਆਟੋਮੈਟਿਕ ਐਲ ਸੀਲਰ ਐਂਡ ਸ਼ਰਿੰਕ ਟਨਲ ਮਸ਼ੀਨ, ਤਾਂ ਹਰ ਤਰ੍ਹਾਂ ਦਾ ਸਾਡੇ ਕੋਲ ਪੈਕੇਜਿੰਗ ਕਨਸੈਪਟ ਹੈ। ਇੱਥੇ ਇਹ ਸੈਮੀ ਆਟੋਮੈਟਿਕ ਫੀਲਿੰਗ ਮਸ਼ੀਨ ਹੈ, ਹਰ ਤਰ੍ਹਾਂ ਦਾ ਗ੍ਰੈਨੂਅਲ ਪਾਊਡਰ ਤੁਸੀਂ ਇਹਦੇ ਵਿੱਚ ਫਿਲ ਕਰ ਸਕਦੇ ਹੋ। ਇਹ ਪੈਕਟ ਫੀਲਿੰਗ ਮਸ਼ੀਨ ਹੈ, ਹਰ ਤਰ੍ਹਾਂ ਦਾ ਸੀਲਿੰਗ ਔਰ ਪੈਕੇਜਿੰਗ ਕਨਸੈਪਟ ਸਾਡੇ ਕੋਲ ਹੁੰਦਾ ਹੈ। ਸ਼ਿਆਮ ਪਲਾਸਟਿਕ ਇੰਡਸਟਰੀ ਲੁਧਿਆਣਾ ਪੰਜਾਬ, ਤੁਸੀਂ ਕਦੀ ਵੀ ਇੱਥੇ ਵਿਜ਼ਿਟ ਕਰ ਸਕਦੇ ਹੋ ਔਰ ਸਾਡੇ ਕੋਲ ਹਰ ਤਰ੍ਹਾਂ ਦਾ ਸੀਲਿੰਗ ਔਰ ਪੈਕੇਜਿੰਗ ਮਸ਼ੀਨਸ ਲਈ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ। ਥੈਂਕ ਯੂ ਸੋ ਮਚ। ਸ਼ਿਆਮ ਪਲਾਸਟਿਕ ਇੰਡਸਟਰੀ ਲੁਧਿਆਣਾ ਪੰਜਾਬ, ਨੀਅਰ SBI ਬੈਂਕ, ਸ਼ਿਆਮ ਪਲਾਸਟਿਕ 007333@gmail.com ਸਾਡੀ ਵੈਬਸਾਈਟ। ਡਬਲ ਯੂ ਚੈਨਲ ਲੁਧਿਆਣਾ ਸਿਟੀ ਲਾਈਵ ਅਤੇ ਬਿਜ਼ਨਸ ਇੰਡੀਆ ਟੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਸ਼ੀਨੈਕਸ ਐਕਸਪੋ 'ਤੇ ਜਲੰਧਰ ਆਏ ਹਾਂ, ਜਿੱਥੇ ਕਿ ਇਹਨਾਂ ਦੀ ਸਟਾਲ ਹੈ GKM ਵਾਲਿਆਂ ਦੀ ਗੁਰ ਕਿਰਪਾ ਮੈਟਰ। ਸਰ ਨਾਲ ਗੱਲ ਕਰਦੇ ਹਾਂ ਸਰ, ਕੰਪਨੀ ਦੀ ਪ੍ਰੋਫਾਈਲ ਕੀ ਹੈਗੀ ਹੈ? ਸਰ ਸਾਡੀ ਕੰਪਨੀ 21 ਈਅਰਸ ਓਲਡ ਹੈ ਅਤੇ ਅਸੀਂ ਸਰ ਮੈਨੂਫੈਕਚਰਰ ਹੈਗੇ ਹਾਂ ਆਪਣਾ ਵਾਟਰ ਮੀਟਰ ਦਾ, ਐਜ਼ ਵੈਲ ਐਜ਼ ਆਪਾਂ ਆਟੋਮੈਟਿਕ ਮਸ਼ੀਨਸ ਵੀ ਬਣਾਉਂਦੇ ਹਾਂ ਅਤੇ ਕਾਸਟਿੰਗ 'ਚ ਰਿਜੈਕਸ਼ਨ ਸੋਲਿਊਸ਼ਨਸ ਵੀ ਦਿੰਦੇ ਆਪਾਂ। ਜਿਵੇਂ ਉਹ ਤੁਸੀਂ ਦੇਖ ਸਕਦੇ ਹੋ ਆਪਣੀ ਆਟੋਮੈਟਿਕ ਮਸ਼ੀਨ ਹੈ ਅਤੇ ਰੀਸੈਂਟਲੀ ਆਪਾਂ ਇਸ ਐਗਜੀਬਿਸ਼ਨ 'ਚ ਆਪਣਾ ਰੋਬੋਟਿਕ ਆਰਮ ਲਾਂਚ ਕੀਤੀ ਹੈ। ਡਿਸਪਲੇ 'ਤੇ ਜਿਹੜੀਆਂ ਮਸ਼ੀਨਾਂ ਲੱਗੀਆਂ ਨਾਲ ਨਾਲ ਦਿਖਾਈ ਵੀ ਆ, ਉਹ ਦੱਸੀ ਆ ਸਰ। ਇਹ ਚੀਜ਼ ਹੈ ਕੋਰ ਸ਼ੂਟਰ ਮਸ਼ੀਨ, ਤੁਸੀਂ ਇੱਥੇ ਆ ਜਾਓ ਫਿਰ ਉਹ ਕੀ ਹਿਸਾਬ ਦਾ ਤੁਹਾਡਾ? ਇਹ ਸਰ ਆਪਣੀ ਕੋਰ ਸ਼ੂਟਰ ਮਸ਼ੀਨ ਹੈ ਜੀ ਸਰ। ਇਹ ਕਾਸਟਿੰਗ ਯੂਨਿਟਸ 'ਚ ਹੁੰਦੀ ਹੈ, ਯੂਜ਼ ਹੁੰਦੀ ਹੈ ਜਿਵੇਂ ਆਪਣਾ ਮੋਲਡਸ ਵਗੈਰਾ ਆਟੋਮੈਟਿਕ ਬਣਾਉਂਦੀ ਹੈ, ਮੋਲਡ ਸੈਂਡ ਮੋਲਡਸ ਵੀ ਜੀ। ਸਰ ਉਹ ਤੁਸੀਂ ਦੇਖ ਸਕਦੇ ਹੋ ਮੇਰਾ ਪਲਾਂਟ ਹੈ, ਉਹ ਜਿੰਨੀ ਵੀ ਅੱਗੇ ਆਪਾਂ ਸਰ ਇਹ ਜਿੰਨੀ ਵੀ ਰਿਜੈਕਸ਼ਨਸ ਆਉਂਦੀ ਹੈ ਮੈਨੂਫੈਕਚਰਿੰਗ 'ਚ, ਜਿੰਨੇ ਵੀ ਕਾਸਟਿੰਗ ਯੂਨਿਟਸ ਹੈਗੇ ਆ ਉਹਦੇ ਲਈ ਇਹ ਪਲਾਂਟ ਆਪਾਂ ਉਹਨਾਂ ਨੂੰ ਇਹ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਉਹਨਾਂ ਦੀ ਸਾਰੀ ਰਿਜੈਕਸ਼ਨਸ ਖਤਮ ਹੋਵੇ। ਠੀਕ ਹੈ ਸਰ, ਇਹ ਆਪਣੀ ਆਟੋਮੈਟਿਕ ਮਸ਼ੀਨ ਹੈ ਓਪਰੇਸ਼ਨਸ ਕਰਨ ਲਈ, ਡਰਿਲਿੰਗ ਐਂਡ ਟੈਪਿੰਗ ਲਈ। ਅਤੇ ਇਸ ਐਗਜੀਬਿਸ਼ਨ 'ਚ ਆਪਾਂ ਰੀਸੈਂਟਲੀ ਆਪਣੀ ਰੋਬੋਟਿਕ ਆਰਮ ਲਾਂਚ ਕੀਤੀ ਇੱਕ ਜੈਪਨੀਜ਼ ਕੰਪਨੀ ਦੇ ਨਾਲ ਟਾਈ ਅਪ ਕਰਕੇ, ਸੋ ਦੈਟ ਆਪਾਂ ਪੂਰਾ ਪ੍ਰੋਪਰ ਆਟੋਮੈਟਿਕ ਸੋਲਿਊਸ਼ਨਸ ਪ੍ਰੋਵਾਈਡ ਕਰ ਸਕੀਏ। ਸੇਮ ਸਰ ਹਮਾਰੀ ਉਹੀ ਮਸ਼ੀਨ ਹੈ। ਸਰ ਇਹ ਪ੍ਰੋਗਰਾਮਿੰਗ ਵਗੈਰਾ ਦੇ ਮਤਲਬ ਉਹਦੇ ਬਾਅਦ ਇਹ 20 ਤੱਕ ਦੀ ਪੈ ਜਾਂਦੀ ਹੈ, ਬਟ ਔਨ ਟੇਬਲ ਨੈਗੋਸ਼ੀਏਬਲ ਹੈ। ਸਰ ਗਰੰਟੀ 1 ਈਅਰ ਦੀ, 1 ਈਅਰ ਗਰੰਟੀ ਹੈ। ਸਰ ਜਿੰਨੀ ਵੀ ਹਿਊਮਨ ਮੂਵਮੈਂਟ ਹੈ, ਹਿਊਮਨ ਮੂਵਮੈਂਟ ਕੀ ਪੀਸਿਸ ਰੱਖਣਾ ਜਾਂ ਜਿੰਨੇ ਆਪਾਂ ਹਿਊਮਨ ਨਾਲ ਪ੍ਰੋਡਕਟੀਵਿਟੀ ਮਸ਼ੀਨ ਚਲਾਉਣਾ, ਤਾਂ ਇਹ ਹਿਊਮਨ ਬਹੁਤ ਸੇਫਟੀ ਹੋ ਜਾਂਦੀ ਆ। ਨਹੀਂ ਤਾਂ ਜੇ ਆਪਾਂ ਸਰ ਸੇਫਟੀ ਹੈ, ਪ੍ਰੋਡਕਟੀਵਿਟੀ 100% ਹੈ, ਰੋਬੋਟਿਕ ਕੰਮ ਕਦੀ ਥੱਕਦੀ ਹੀ ਨਹੀਂ ਹੈ, ਇਹਨੂੰ ਡੇ ਨਾਈਟ ਤੁਸੀਂ ਯੂਜ਼ ਕਰੋ, ਲੇਬਰ ਦੀ ਬੱਚਤ ਹੈ, ਲੇਬਰ ਦੀ ਘੱਟੋ ਘੱਟ ਮੇਰੇ ਕੋਲ 4-5 ਲੇਬਰ ਦੀ ਤਾਂ ਬੱਚਤ ਹੋਈ ਸਰ, ਪੂਰੀ ਬੱਚਤ ਹੈ। ਉਹ ਤਾਂ ਮਸ਼ੀਨ ਦੀ ਕੋਸਟ ਮੇਰੇ ਕੋਲ 1 ਸਾਲ ਦੀ ਪੂਰੀ ਸਰ, ਮਹੀਨੇ 'ਚ ਕੋਸਟ ਆਫ ਪ੍ਰੋਡਕਸ਼ਨ ਤੁਹਾਡੀ ਇੰਨੀ ਘੱਟ ਜਾਣੀ ਹੈ ਕਿਉਂਕਿ ਤੁਹਾਡੀ ਪ੍ਰੋਡਕਟੀਵਿਟੀ ਵੱਧ ਜੂਗੀ। ਅਤੇ ਕੀ ਨਾਂ ਰੱਖਿਆ ਮਸ਼ੀਨ ਦਾ ਆਪਣਾ?
ਸਰ ਇਹ ਤਾਂ ਡਿਊਲ ਸਪਿੰਡਲ ਡ੍ਰਿਲਿੰਗ ਐਂਡ ਟੈਪਿੰਗ ਮਸ਼ੀਨ ਵਿਦ ਰੋਬੋਟਿਕ ਆਰਮ। ਹਾਂਜੀ ਸਰ ਇਹ ਆਪਣੀ ਮਸ਼ੀਨ ਹੈ, ਬਾਕੀ ਸਾਡੀ ਹੋਰ ਵੀ ਰੇਂਜਿਸ ਹੈਗੀਆਂ। ਅਤੇ ਤੁਸੀਂ ਆਪਣੀ ਕੰਪਨੀ ਦੇ ਕਿਹੜੇ ਕਿਹੜੇ ਪ੍ਰੋਡਕਟ ਬਣਾਉਂਦੇ ਹੋ ਉਹਨਾਂ ਸਾਰਿਆਂ ਬਾਰੇ? ਸਰ ਆਪਾਂ ਵਾਟਰ ਮੀਟਰ ਵੀ ਬਣਾਉਂਦੇ ਹੈਗੇ ਹਾਂ, ਵਾਟਰ ਮੀਟਰ ਜਿੱਥੇ ਸਾਡੇ ਘਰਾਂ 'ਚ ਵਾਟਰ ਮੀਟਰ ਲੱਗਦੇ ਆ ਉਹ ਵੀ ਆਪਾਂ ਸਪਲਾਈ ਕਰਦੇ ਹੈਗੇ ਹਾਂ। ਦੂਜੀ ਗੱਲ, ਸਾਡੀ ਆਟੋਮੈਟਿਕ ਮਸ਼ੀਨਸ ਹੈਗੀਆਂ, ਇਹ ਵੀ ਆਪਾਂ ਸਪਲਾਈ ਕੰਪਨੀਜ਼ ਨੂੰ ਕਰਦੇ ਹੈਗੇ। ਹਾਂਜੀ ਇਹ ਸਾਡੇ ਪ੍ਰੋਡਕਟ। ਰੋਬੋਟ ਮੰਨ ਲਓ ਕੋਈ ਆਪਣੇ ਡਿਮਾਂਡ ਦੇ ਵੀ ਇਸ ਤਰ੍ਹਾਂ ਦਾ ਚਾਹੀਦਾ, ਤੁਸੀਂ ਉਸ ਤਰ੍ਹਾਂ ਦਾ? ਹਾਂਜੀ ਉਹ ਸਾਰਾ ਪ੍ਰੋਗਰਾਮੇਬਲ ਹੁੰਦਾ, ਪ੍ਰੋਗਰਾਮਿੰਗ ਕ੍ਰੀਏਟ ਕਰਦੇ। ਹਾਂਜੀ ਸਰ। ਅਤੇ ਸਰ ਫਰਮ ਦਾ ਐਡਰੈਸ ਕੀ ਆ? ਫਰਮ ਸਰ ਸਾਡੀ ਹੈ ਫੋਕਲ ਪੁਆਇੰਟ ਚਨਾਲੋ, ਆਊਟਸਕਰਟਸ ਆਫ ਮੋਹਾਲੀ, ਡਿਸਟ੍ਰਿਕਟ SAS ਨਗਰ। ਅਤੇ ਸਰ ਵੈਬਸਾਈਟ ਅਤੇ ਫੋਨ ਨੰਬਰ? ਵੈਬਸਾਈਟ ਹੈਗਾ ਸਰ gkmindia.co.in, ਸੋ ਮੇਰਾ ਮੋਬਾਈਲ ਨੰਬਰ ਹੈ 7344112482। ਚੈਨਲ ਲੁਧਿਆਣਾ ਸਿਟੀ ਲਾਈਵ ਅਤੇ ਬਿਜ਼ਨਸ ਇੰਡੀਆ ਟੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਮਸ਼ੀਨ ਸਕਸੈਸਫੁਲ 2024 ਬਹੁਤ ਹੀ ਵਧੀਆ ਸਕਸੈਸਫੁਲ ਹੋਇਆ। ਅਤੇ ਆਓ ਨਰਿੰਦਰ ਸਰ ਨਾਲ ਗੱਲ ਕਰੀਏ, ਜਲੰਧਰ ਵਿੱਚ ਇਹ ਐਕਸਪੋ ਆਇਆ। ਹਾਂਜੀ ਸਰ, ਪਹਿਲਾਂ ਤਾਂ ਮੈਂ ਜਲੰਧਰ ਵਾਸੀਆਂ ਨੂੰ ਅਤੇ ਦੁਆਬੇ ਦੇ ਸਾਰੇ ਇੰਡਸਟਰੀਲਿਸਟਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਕਿ ਇਸ ਵਾਰੀ ਜੋ 6th-6th ਮਸ਼ੀਨ ਐਕਸ ਐਗਜੀਬਿਸ਼ਨ ਲੱਗੀ ਹੈ ਬਹੁਤ ਕਾਮਯਾਬ ਹੋਈ ਹੈ। ਔਰ ਇਹਦੇ ਵਿੱਚ ਬੜੀਆਂ ਅੱਛੀਆਂ ਨਵੀਆਂ ਮਸ਼ੀਨਾਂ ਔਰ ਬਹੁਤ ਸਾਰੀਆਂ ਨਿਊ ਇਨਵੈਂਸ਼ਨ ਮਸ਼ੀਨਾਂ ਜਿਹੜੀਆਂ ਇਹਦੇ ਵਿੱਚ ਆਈਆਂ, ਜਿਹੜੀਆਂ ਕਿ ਲੋਕਲ ਅਪ ਟੂ ਦਿੱਲੀ ਨੌਰਥ ਏਰੀਆ 'ਚ ਹੀ ਬਣੀਆਂ ਸੀ, ਜਿਹੜੀਆਂ ਕਿ ਅਸੀਂ ਲੋਕ ਬੰਬੇ ਜਾ ਕੇ ਜਾਂ ਕਿਤੇ ਹੋਰ ਜਾ ਕੇ ਖਰੀਦਦੇ ਸੀ ਉਹ ਇੱਥੇ ਡਿਸਪਲੇ 'ਚ ਲੱਗੀਆਂ ਸੀ। ਔਰ ਸਾਡੇ ਇੰਡਸਟਰੀਲਿਸਟਾਂ ਨੇ ਖਰੀਦੀਆਂ ਵੀ ਅਤੇ ਨਾਲ ਧੰਨਵਾਦ ਵੀ ਕੀਤਾ ਕਿ ਸਾਨੂੰ ਇੱਥੇ ਹੀ ਮਿਲ ਗਈਆਂ। ਮੈਂ ਆਪ ਦੋ ਮਸ਼ੀਨਾਂ ਖਰੀਦ ਕੇ ਇੱਥੋਂ ਲੈ ਕੇ ਚੱਲਿਆ। ਤੋ ਇਸ ਐਗਜੀਬਿਸ਼ਨ ਦਾ ਇਹੀ ਸਭ ਤੋਂ ਜ਼ਿਆਦਾ ਬੈਨੀਫਿਟ ਹੈ ਕਿ ਕਸਟਮਰ ਨੂੰ ਸਮਾਨ ਮਿਲ ਜਾਂਦਾ ਅਤੇ ਵੇਚਣ ਵਾਲੇ ਨੂੰ ਗਾਹਕ ਮਿਲ ਜਾਂਦਾ ਔਰ ਪ੍ਰੋਪਰ ਮੈਚਿੰਗ ਹੋ ਜਾਂਦੀ ਹੈ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਜਿਹੜਾ ਉਹ ਹਾਈਟੈਕ ਦਾ ਹੈਗਾ ਔਰ ਸਾਰੀਆਂ ਹਾਈਟੈਕ ਮਸ਼ੀਨਰੀ ਇੱਥੇ ਲੱਗੀਆਂ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਪ੍ਰੋਡਕਸ਼ਨ ਹਾਇਰ ਕਰ ਸਕਦੇ ਲੋਅ ਕੋਸਟ 'ਤੇ। ਸੋ ਬਹੁਤ ਮੁਬਾਰਕਬਾਦ ਜੀ ਮਸ਼ੀਨੈਕਸ ਦੇ ਮਾਲਕਾਂ ਨੂੰ ਵੀ ਅਤੇ ਜਲੰਧਰ ਵਾਸੀਆਂ ਨੂੰ ਅਤੇ ਦੁਆਬਾ ਵਾਸੀਆਂ। ਸਰ VIP ਕਿਹੜੇ ਕਿਹੜੇ ਆਏ ਅਤੇ ਐਸੋਸੀਏਸ਼ਨਾਂ ਕਿਹੜੀਆਂ ਕਿਹੜੀਆਂ ਜੁੜੀਆਂ ਨੇ? VIP ਕਾਫੀ ਆਏ, ਆਮ ਆਦਮੀ ਪਾਰਟੀ ਦੇ ਤਕਰੀਬਨ ਸਾਰੇ ਹੀ ਆਏ ਆ। CM ਸਾਹਿਬ ਨੇ ਆਉਣਾ ਸੀ, ਇੱਕਦਮ ਉਹਨਾਂ ਨੂੰ ਦਿੱਲੀ ਜਾਣਾ ਪੈ ਗਿਆ ਧਰਨੇ 'ਤੇ ਅਤੇ ਉਸ ਕਰਕੇ ਉਹਨਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ। ਅਦਰਵਾਈਜ਼ ਸਾਡੇ ਲੋਕਲ ਬਾਡੀ ਮਿਨਿਸਟਰ ਆਏ ਸੀਗੇ, ਚੇਅਰਮੈਨ ਸਾਹਿਬ ਆਏ ਸੀ, ਆਪਣੇ ਰਾਜਵਿੰਦਰ ਕੌਰ ਚੇਅਰਮੈਨ ਮੈਡਮ ਆਏ ਸੀਗੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਮਹਿਲਾ ਵਿੰਗ ਦੇ ਪ੍ਰਧਾਨ ਨੇ। ਦੀਪਕ ਬਾਲੀ ਜੀ ਆਏ ਸੀ ਜਿਹੜੇ ਕਿ CM ਦਿੱਲੀ ਦੇ ਐਡਵਾਈਜ਼ਰ ਨੇ। ਸੋ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਐਸੋਸੀਏਸ਼ਨਾਂ, ਤਕਰੀਬਨ ਸਾਰੀਆਂ 33 ਐਸੋਸੀਏਸ਼ਨਾਂ ਹੈਗੀਆਂ ਸਾਡੇ ਨਾਲ ਲਿੰਕ, ਉਹਨਾਂ ਸਾਰਿਆਂ ਦੇ ਪ੍ਰੈਜੀਡੈਂਟ ਸੈਕਟਰੀ ਔਰ ਨਾਲ ਆਪਣੇ ਉਹਨਾਂ ਦੇ ਆਟੋ ਪਾਰਟਸ ਹੋ ਗਈ, ਪਾਈਪ ਫਿਟਿੰਗ ਹੋ ਗਈ, ਪੈਨ ਟੂਲ ਹੋ ਗਈ, ਸਪੋਰਟਸ ਹੋ ਗਈ, ਸਾਰੀਆਂ ਇੰਡਸਟਰੀਆਂ ਦੇ ਰਿਪ੍ਰਜੈਂਟੇਟਿਵ ਉਹਨਾਂ ਦੇ ਮੈਂਬਰ ਆਏ। ਉਹਨਾਂ ਦੀ ਗਿਣਤੀ ਜਿਹੜੀ ਉਹ ਛੋਟੀ ਦਿੱਤੀ ਨਹੀਂ ਜਾ ਸਕਦੀ। ਸੋ ਬਹੁਤ ਤੁਹਾਡੇ ਕਹਿਣ ਦਾ ਮਤਲਬ ਬਹੁਤ ਸਕਸੈਸਫੁਲ ਹੋਇਆ ਇਹ? ਸਕਸੈਸਫੁਲ ਇੱਦਾਂ ਕਿ ਕਈ ਜਿਹੜੇ ਬੈਂਕ ਇੰਪਲਾਈ ਆ ਹੁਣ ਕਈ ਸਾਰੇ ਹੀ ਜਿੱਦਾਂ DAV ਕਾਲਜ ਦੇ ਸਟੂਡੈਂਟਸ ਨੂੰ ਮੈਂ ਇੱਥੇ ਪ੍ਰਾਈਜ਼ ਦਿੱਤਾ, ਲਵਲੀ ਵਾਲਿਆਂ ਨੂੰ ਦਿੱਤਾ, ਸੈਂਟ ਸੋਲਜਰ ਵਾਲਿਆਂ ਨੂੰ ਦਿੱਤਾ, ਅਤੇ ਇੱਕ ਹੋਰ ਕਾਲਜ ਆਇਆ ਸੀ ਡੇਵੀਅਟ ਦਾ ਹੋ ਗਿਆ, ਅਤੇ ਉਹਨਾਂ ਸਾਰਿਆਂ ਦੇ ਕਾਲਜਿਸ ਨੂੰ ਅਸੀਂ ਪ੍ਰਾਈਜ਼ ਦਿੱਤੇ ਅਤੇ ਉਹ ਆਪਣੇ ਸਟੂਡੈਂਟਸ ਲੈ ਕੇ ਆਪਣੇ ਟੀਚਰ ਸਾਹਿਬ ਆਏ ਸੀਗੇ, 50-60 ਸਟੂਡੈਂਟ ਦੇ ਬੈਚ ਆ ਰਹੇ ਸੀ ਔਰ ਉਹਨਾਂ ਨੂੰ ਦੇਖਣ ਨੂੰ ਇੱਕ ਛੱਤ ਥੱਲੇ ਹਰ ਤਰ੍ਹਾਂ ਦੀ ਮਸ਼ੀਨ ਮਿਲੀ। ਯਾਨੀ ਜੇ ਤੁਸੀਂ ਇੱਕ ਸਕੂਟਰ ਪਾਰਟਸ ਦੀ ਫੈਕਟਰੀ ਜਾਂਦੇ ਉਹਨਾਂ ਨੂੰ ਦਿਖਾ ਲੈਣ ਲਈ
ਉਹਨਾਂ ਨੂੰ ਸਿਰਫ ਇੱਕ ਸਕੂਟਰ ਪਾਰਟ ਦੀ ਮਸ਼ੀਨਰੀ ਸੀਗੀ। ਇੱਥੇ ਹਰ ਪ੍ਰੋਡਕਟ ਨੂੰ ਬਣਾਉਣ ਵਾਲੀ ਮਸ਼ੀਨਰੀ ਇੱਥੇ ਡਿਸਪਲੇ 'ਤੇ ਹੈਗੀ ਹੈ। ਉਹਨਾਂ ਬੱਚਿਆਂ ਦੀ ਨੌਲੇਜ ਵਿਜ਼ਨ ਬੜਾ ਖੁੱਲ੍ਹਿਆ ਔਰ ਬਹੁਤ ਅੱਛਾ ਉਹ ਦੇਖ ਕੇ ਗਏ ਆ, ਬੜੇ ਖੁਸ਼ ਹੋ ਕੇ ਗਏ। ਹਾਂਜੀ ਸਰ, ਬਹੁਤ ਬਹੁਤ ਮੁਬਾਰਕਾਂ, ਬਹੁਤ ਵਧੀਆ ਸਕਸੈਸਫੁਲ ਰਿਹਾ। ਅਤੇ ਕਿੰਨੀਆਂ ਆਪਣੀਆਂ ਸਟਾਲਾਂ ਸੀ ਅਤੇ ਐਗਜੀਬਿਸ਼ਨ ਬਾਰੇ ਸਰ ਦੱਸੋ। ਪਹਿਲਾਂ ਤਾਂ ਥੈਂਕ ਯੂ ਸਾਰਿਆਂ ਨੂੰ ਜਿਨ੍ਹਾਂ ਨੇ ਇਹਨੂੰ ਸਕਸੈਸ ਕੀਤਾ। ਜਿਹੜੀਆਂ ਐਸੋਸੀਏਸ਼ਨਸ ਹੈਗੀਆਂ, ਜਲੰਧਰ ਫੋਕਲ ਪੁਆਇੰਟ ਐਸੋਸੀਏਸ਼ਨ ਹੈ, ਯੂਨਾਈਟਿਡ ਫੋਰਮ ਆਫ ਟ੍ਰੇਡ ਐਂਡ ਇੰਡਸਟਰੀ ਹੈ, ਗਦਈਪੁਰ ਇੰਡਸਟਰੀਅਲ ਉਦਯੋਗ ਨਗਰ ਐਸੋਸੀਏਸ਼ਨ ਹੈ, ਅਤੇ ਹੋਰ ਵੀ ਕਈ ਐਸੋਸੀਏਸ਼ਨਾਂ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ, ਉਹਦੇ ਵਾਸਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ। ਐਗਜੀਬਿਸ਼ਨ ਦੇ ਵਿੱਚ ਤਕਰੀਬਨ 150 ਪਲੱਸ ਸਟਾਲ ਲੱਗੇ ਸੀ, ਜਿਹਦੇ ਵਿੱਚ ਵੱਖ ਵੱਖ ਕੰਪਨੀਆਂ ਨੇ ਆਪਣਾ ਪਾਰਟੀਸਪੇਟ ਕੀਤਾ ਸੀਗਾ, ਅਤੇ ਉਹਦੇ 'ਚ ਉਹਨਾਂ ਨੂੰ ਕਾਫੀ ਅੱਛਾ ਰਿਸਪੋਂਸ ਰਿਹਾ ਉਹਨਾਂ ਦਾ, ਅਤੇ ਕਾਫੀ ਅੱਛਾ ਸਕਸੈਸਫੁਲ ਇਵੈਂਟ ਰਿਹਾ। ਅਤੇ ਅਗਲੀ ਵਾਰੀ ਹੋਰ ਜੋਸ਼ ਅਤੇ ਨਵੇਂ ਟੈਕਨੋਲੋਜੀ ਦੇ ਨਾਲ ਅਸੀਂ ਇੰਡਸਟਰੀ ਨੂੰ ਡਿਸਪਲੇ ਕਰਾਂਗੇ। ਆਉਣ ਵਾਲਾ ਐਕਸਪੋ ਅਗਲੇ ਸਾਲ ਸੇਮ ਫਰਵਰੀ 'ਚ ਹੀ ਲੱਗੇਗਾ, 7ਵਾਂ ਐਡੀਸ਼ਨ ਮਸ਼ੀਨ ਐਕਸ। ਇਸ ਤੋਂ ਬਾਅਦ ਅਸੀਂ ਫਿਲਹਾਲ ਜਿਹੜਾ ਲੁਧਿਆਣੇ ਲਗਾ ਰਹੇ ਹਾਂ 8 ਤੋਂ 11 ਮਾਰਚ, ਗ੍ਰੇਨ ਮਾਰਕੀਟ ਗ੍ਰੇਨ ਮਾਰਕੀਟ ਲੁਧਿਆਣਾ ਦੇ ਵਿੱਚ ਕਰ ਰਹੇ ਹਾਂ, ਜਲੰਧਰ ਬਾਈਪਾਸ ਬਹਾਦਰਕੇ ਰੋਡ 'ਤੇ 8 ਤੋਂ 11 ਮਾਰਚ ਮਹਿਕਮਾ ਐਕਸਪੋ ਦੇ ਨਾਮ ਤੋਂ। ਅਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਉਹਨੂੰ ਵੀ ਵਿਜ਼ਿਟ ਕਰਨ ਅਤੇ ਸਕਸੈਸ